ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ, ਨਾਮ ਧਿਆਏ ਸੋ ਸੁਖੀ, ਤਿਸ ਮੁਖ ਉੱਜਲ ਹੋਏ। ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੇ ਲੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਧਾਤੂਰਾਮ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਬੇਅੰਤ ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ ਔਰ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਸੋਹਣੇ ਪ੍ਰਕਾਸ਼ ਹੋਏ। ਉਪਰੰਤ ਪੰਜ ਬਾਣੀਆਂ ਦਾ ਨਿਤਨੇਮ, ਕਿਰਿਆ ਸਹੀਵਾਰ ਦਾ ਸੰਪੂਰਨ ਕੀਰਤਨ ਹਰ ਜਸ ਹੋਇਆ ਔਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਸੀ ਉਹ ਵੀ ਸੰਗਤਾਂ ਨੇ ਹਫ਼ਤਾਵਾਰੀ, ਜੋ ਸੰਗਤ ਬਾਹਰੋਂ ਆਉਂਦੀ ਹੈ, ਰੋਜ਼ਾਨਾ ਦੇ ਸਰੋਤੇ ਹੈ, ਸਰਵਣ ਕੀਤੀ ਹੈ। ਅਤੇ ਅੱਜ ਭਾਰਤੀ ਸਮਾਜ ਦੇ ਅੰਦਰ ਬਿਆਸ ਪੂਜਾ ਦਾ ਦਿਨ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਗੁਰੂ ਔਰ ਚੇਲੇ ਦੀ ਪਰੰਪਰਾ ਜਿਹੜੀ ਬੜੀ ਪੁਰਾਣੀ ਹੈ, ਅਤੇ ਉਸਤਾਦ ਦਾ ਸਤਿਕਾਰ ਕਰਨਾ ਇਹ ਬਹੁਤ ਜ਼ਰੂਰੀ ਹੈ, ਦੁਨਿਆਵੀ ਤੌਰ 'ਤੇ ਹੈ ਚਾਹੇ ਪਰਮਾਰਥੀ ਤੌਰ 'ਤੇ ਹੈ। ਅਤੇ ਜਿਹੜਾ ਸਾਡੇ ਘਰ ਦੇ ਵਿੱਚ ਦਸਾਂ ਗੁਰੂਆਂ ਦਾ ਜਾਂ ਗੁਰੂ ਗ੍ਰੰਥ ਸਾਹਿਬ ਦਾ ਦਰਜਾ, ਉਹ ਆਪਣੀ ਵਿਸ਼ੇਸ਼ਤਾ ਵੱਖਰੀ ਰੱਖਦਾ, ਪਰ ਫਿਰ ਵੀ ਜਿੱਥੋਂ ਵਿਦਿਆਰਥੀ ਨੂੰ ਕੋਗੁਣ ਵਿੱਦਿਆ ਮਿਲਦੀ ਹੈ, ਉਸ ਉਸਤਾਦ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਲੱਖ ਯਤਨ ਕਰੇ ਜੇ ਕੋਈ ਗੁਰੂ ਮਨਾਏ ਬਿਨਾਂ ਸਿੱਧ ਨਾ ਹੋਈ। ਭਾਵੇਂ ਲੱਖਾਂ ਯਤਨ ਕਰ ਲੈ, ਗੁਰੂ ਮਨਾਏ ਤੋਂ ਬਿਨਾਂ ਸਿੱਧ ਨਹੀਂ ਹੁੰਦਾ। ਕੁੰਭੇ ਬੰਦਾ ਜਲ ਰਹੇ, ਜਲਵਿਨ ਕੁੰਭ ਨਾ ਹੋਏ। ਗਿਆਨ ਕਾ ਬੰਦਾ ਮੰਨ ਰਹੇ, ਗੁਰਵਿਨ ਗਿਆਨ ਨਾ ਹੋਏ। ਇਹ ਜਿਹੜਾ ਗਿਆਨ ਆ ਉਹ ਗੁਰੂ ਦੇ ਅਧੀਨ ਆ। ਗੁਰੂ ਦਾ ਖਰੀ ਅਰਥ ਹੀ ਇਹ ਹੈ, ਗੋ ਮੈਨੇ ਹਨੇਰਾ, ਰੂ ਮੈਨੇ ਪ੍ਰਕਾਸ਼। ਜਿਹੜਾ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੇ ਉਹਦਾ ਨਾਮ ਗੁਰੂ ਆ। ਵਿਆਕਰਨ ਦਾ ਜਿਹੜਾ ਗਿਰੀ ਧਾਤੂ ਆ ਉਹ ਤੋਂ ਪੈਦਾ ਹੋਇਆ। ਗਿਰੀ ਮੈਨੇ ਹੁੰਦਾ ਨਿਗਲ ਦੇਣਾ, ਜਿਹੜਾ ਗਿਆਨ ਨੂੰ ਨਿਗਲ ਲੈ, ਖਤਮ ਕਰ ਦੇਵੇ, ਗਿਆਨ ਦਾ ਪ੍ਰਕਾਸ਼ ਕਰੇ ਉਹਦਾ ਨਾਮ ਗੁਰੂ ਆ। ਪਰ ਸਾਡੇ ਗੁਰੂ ਸਾਹਿਬਾਂ ਨਾਲ ਦੋ ਸ਼ਬਦ ਵਿਸ਼ੇਸ਼ ਲੱਗੇ, ਸਤਿਗੁਰੂ, ਜਿਹੜਾ ਸੱਤ ਦਾ ਪ੍ਰਕਾਸ਼ ਕਰੇ। ਸੱਤ ਕੌਣ ਆ? ਤੇਰਾ ਸੱਤ ਨਾਮ ਪਰਮੇਸ਼ੁਰ ਆ, ਸੱਤ ਸਰੂਪੀ ਪਰਮੇਸ਼ੁਰ ਹੀ ਹੈ, ਬਾਕੀ ਜਿੰਨਾ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਇਹ ਸਾਰਾ ਮਿਥਿਆ ਹੈ। ਸੋ ਇਸ ਕਰਕੇ ਇਹ ਜਿਹੜੀ ਗੁਰੂ ਪਰੰਪਰਾ ਹੈ ਉਹਦੇ ਮੁਤਾਬਕ ਸਾਡੀ ਜਿਹੜੀ ਭਾਰਤੀ ਸੰਸਕ੍ਰਿਤੀ ਹੈ, ਅਤੇ ਵਿਸ਼ਿਸ਼ਟ ਜੀ ਹੋਏ ਆ, ਵਿਆਸ ਜੀ ਹੋਏ ਆ, ਅੰਗਰੇ ਰਿਸ਼ੀ ਹੋਏ ਆ, ਲੋਮ ਸ਼੍ਰਿਸ਼ੀ ਹੋਏ ਆ, ਵਾਲਮੀਕ ਆ, ਭਾਰਦਵਾਜ ਹੈ, ਕਾਕਸੁੰਡੀ ਹੈ, ਹਾਂਜੀ, ਅਤੇ ਆਪਣੇ ਅਗਸਤ ਮੁਨੀ ਜੀ ਹੈ, ਹਾਂਜੀ, ਅਤਰੇ ਰਿਸ਼ੀ ਹੈ, ਇਹ ਬੜੇ ਬੜੇ ਮਹਾਂਪੁਰਖ ਹੋਏ ਆ, ਜਿਨ੍ਹਾਂ ਨੇ ਸਮੇਂ ਸਮੇਂ ਦੇ ਨਾਲ
ਜਿਹੜਾ ਗਿਆਨ ਸੀ ਪ੍ਰਚਾਰ ਕਰਦੇ ਰਹੇ, ਕਿਉਂਕਿ ਜਿਹੜੇ ਮਹਾਂਪੁਰਖ ਆ ਉਹਨਾਂ ਦਾ ਕੋਈ ਜੁਦਾ ਮਤ ਨਹੀਂ। ਜਿਵੇਂ ਪੰਜਾਬੀ ਦੀ ਕਹਾਵਤ ਆ ਨਾ ਕਿ 100 ਸਿਆਣਾ ਇੱਕੋ ਮਤ, ਮੂਰਖਾਂ ਆਪੋ ਆਪਣੇ, ਬੋਲੀ ਭੇਦ ਬਦਲ ਜਾਂਦਾ। ਬਾਕੀ ਜਿਹੜਾ ਗਿਆਨ ਕਰਮ ਅਤੇ ਅਭਿਆਸ ਨੂੰ ਜੁਦੀ ਜੁਦੀ ਹੋ ਸਕਦੀ ਹੈ। ਕਰਮ ਅਸੀਂ ਕੀ ਕਰਦੇ ਹਾਂ ਵੱਖਰੇ ਵੱਖਰੇ ਆ, ਅਤੇ ਉਪਾਸ ਨਾਲ ਪੂਜਾ ਦੇ ਢੰਗ ਵੱਖਰੇ ਆ। ਜਿਹੜਾ ਗਿਆਨ ਆ ਉਹ ਇੱਕੋ ਹੀ ਆ, ਉਹ ਆਤਮਾ ਦਾ ਗਿਆਨ 'ਚ ਕੋਈ ਫਰਕ ਨਹੀਂ। ਉੱਥੇ ਮਜ਼ਬ ਦਾ, ਜਾਤੀ ਦਾ, ਦੂਜਾ ਤੀਜਾ ਕੋਈ ਭੇਦ ਨਹੀਂ ਹੈ, ਕਿਉਂ ਪਰਮਾਤਮਾ ਵੀ ਇੱਕ ਹੈ, ਉਹਦਾ ਗਿਆਨ ਵੀ ਇੱਕੋ ਹੀ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਕਿਰਪਾ ਕੀਤੀ ਹੈ, ਅਤੇ ਅੱਜ ਦੇ ਦਿਨ ਦੇ ਉੱਤੇ ਜਿੰਨੇ ਵੀ ਸਾਧੂ ਸਮਾਜ ਜਾਂ ਜਿਹੜੇ ਧਾਰਮਿਕ ਵਿਅਕਤੀ ਹੈ ਉਹ ਆਪਣੇ ਗੁਰੂ ਉਸਤਾਦ ਨੂੰ ਮੁੱਖ ਰੱਖ ਕੇ ਬਿਆਸ ਪੂਜਾ ਕਰਦੇ, ਉਹਨੂੰ ਗੁਰੂ ਪੂਜਨ ਵੀ ਕਹਿੰਦੇ ਆ। ਅਤੇ ਇਸ ਤਰ੍ਹਾਂ ਆਪਣੇ ਘਰਾਂ ਦੇ ਵਿੱਚ ਦਸਮ ਗੁਰੂ ਸਾਹਿਬਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ, ਪਿਆਰ ਕਰਨਾ, ਜਾਂ ਜਿਨ੍ਹਾਂ ਤੋਂ ਕੋਈ ਗੁਣ ਲਿਆ ਉਹਨਾਂ ਦਾ ਵੀ ਆਦਰ ਕਰਨਾ ਬਹੁਤ ਜ਼ਰੂਰੀ ਹੈ। ਕੋਈ ਵਿਸਾਖੀ ਹੁੰਦੀ ਹੈ ਕਿ ਕੋਈ ਪ੍ਰੇਮੀ ਸਿਵਾ ਉਸਨੇ ਬਰਛੀ ਚਲਾਉਣੀ ਅਤੇ ਮੂੰਹ ਨਾਲ ਬੋਚ ਲੈਂਦਾ ਸੀ, ਅਤੇ ਲੋਕਾਂ ਨੇ ਹੈਰਾਨ ਹੋਣਾ, ਕਮਾਲ ਦੀ ਗੱਲ ਹੈ ਕਿ ਬਰਛੀ ਬੜੀ ਤਿੱਖੀ ਹੈ ਅਤੇ ਮੂੰਹ ਨਾਲ ਬੋਚ ਲੈਂਦਾ, ਦੰਦ ਦਾ ਨੁਕਸਾਨ ਨਹੀਂ, ਜੀਵ ਦਾ ਨਹੀਂ, ਜਵਾੜੇ ਦਾ ਨਹੀਂ, ਬੁੱਲਾਂ ਦਾ ਨਹੀਂ। ਉਹ ਕਹਿਣ ਲੱਗੇ ਤੇਰਾ ਗੁਰੂ ਕੌਣ ਆ? ਕਹਿੰਦੇ ਜੀ ਗੁਰੂ ਤਾਂ ਕੋਈ ਹੈ ਨਹੀਂ। ਕਹਿੰਦੇ ਫਿਰ ਵੀ ਤਾਂ ਗੁਣ ਕਿਤੇ ਨੂੰ ਕਿਤੇ ਤਾਂ ਸਿੱਖਿਆ ਹੀ ਹੋਊਗਾ ਨਾ। ਕਹਿੰਦੇ ਮੈਂ ਪਸ਼ੂ ਚਾਰਦਾ ਹੁੰਦਾ ਸੀ, ਇੱਕ ਬਗਲਾ ਤਾੜੀ ਲਾ ਕੇ ਖੜ੍ਹਾ ਹੁੰਦਾ ਸੀ, ਜਿਹੜੇ ਉਹ ਮੱਛੀ ਬੁੜਕਦੀ ਸੀ ਨਾ ਉਹਨੂੰ ਫੜ ਕੇ ਉਹ ਮਾਰਦਾ ਸੀ ਲਾਰ ਕੇ, ਉਹ ਫਿਰ ਬੋਝ ਲੈਂਦਾ ਸੀ। ਕਹਿੰਦੇ ਮੈਂ ਵੀ ਪ੍ਰੈਕਟਿਸ ਕਰਨ ਲੱਗ ਪਿਆ, ਉੱਥੋਂ ਸਿੱਖਿਆ। ਕਹਿੰਦੇ ਫਿਰ ਤੇਰਾ ਇਸ ਗੁਣ ਦਾ ਬਗਲਾ ਗੁਰੂ ਆ। ਹਾਂਜੀ, ਕਹਿੰਦੇ ਤੂੰ ਕਿਹਾ ਗੁਰੂ ਨੇ ਫਿਰ ਚਲਾ ਬਰਛੀ ਤੋਂ ਮੂੰਹ ਪਟ ਗਿਆ। ਕਹਿੰਦੇ ਗੁਰੂ ਦੀ ਆਲੋਚਨਾ ਕੀਤੀ ਹੋਇਆ, ਫਿਰ ਮਾਫ਼ੀ ਮੰਗੀ, ਠੀਕ ਹੋਇਆ। ਕਹਿੰਦੇ ਹੁਣ ਫਿਰ ਬੋਝ ਗਿਆ। ਇਸ ਤਰ੍ਹਾਂ ਸਾਖੀ ਦਾ ਮਤਲਬ ਇਹ ਹੈ ਕਿ ਜਿਹੜਾ ਬੰਦਾ ਆਪਣੇ ਗੁਰੂ ਦਾ, ਉਸਤਾਦ ਦਾ ਸਤਿਕਾਰ ਨਹੀਂ ਕਰਦਾ, ਉਹਦੀ ਵਿੱਦਿਆ ਭਾਵੇਂ ਕਿੰਨੀ ਪੜ੍ਹ ਲਏ ਮੌਕੇ 'ਤੇ ਧੋਖਾ ਦੇ ਜਾਂਦੀ ਹੈ, ਉਹ ਸਫਲ ਨਹੀਂ ਹੁੰਦੀ ਹੈ। ਕਿ ਹਨੂੰਮਾਨ ਜਿਹੜੇ ਸੀ ਉਹ ਸੂਰਜ ਨੂੰ ਕਹਿੰਦੇ ਕਿ ਮੈਨੂੰ ਵਿੱਦਿਆ ਪੜ੍ਹਾਓ, ਉਹ ਕਹਿੰਦੇ ਵੀ ਮੇਰੀ ਤਾਂ ਡਿਊਟੀ ਦਿਨ ਰਾਤ ਰੱਥ ਚੱਲਦਾ। ਕਹਿੰਦੇ ਮਹਾਰਾਜ ਜਿਹੜੇ ਤੁਸੀਂ ਮਾਧੇ 'ਚ ਆਉਂਦੇ ਹਾਂ ਉਦੋਂ ਥੋੜ੍ਹਾ ਜਿਹਾ ਤਾਂ ਰੁਕਦਾ ਨਾ ਦੁਪਹਿਰੇ। ਕਹਿੰਦੇ ਠੀਕ ਆ। ਉਹ ਹਨੂੰਮਾਨ ਨੇ ਫਿਰ ਬਰਾਬਰੇ ਉਹਨਾਂ ਦੇ ਆਸਣ 'ਤੇ ਬਹਿ ਜਾਣਾ, ਪੜ੍ਹਾਈ ਕੀਤੀ। ਅਤੇ ਜਿਸ ਵੇਲੇ ਫਿਰ ਪੁੱਛਣ ਲੱਗੇ ਸਾਰੇ ਭੁੱਲ ਗਿਆ, ਕਹਿੰਦੇ ਤੂੰ ਗੁਰੂ ਦਾ ਸਤਿਕਾਰ ਨਹੀਂ ਕਰਦਾ ਰਿਹਾ, ਬਰਾਬਰੀ ਕਰਦਾ ਰਿਹਾ। ਇਸ ਕਰਕੇ ਅੱਜ ਕੱਲ੍ਹ ਹੁਣ ਉਹ ਜਿਹੜੀ ਪਰੰਪਰਾ ਉਹ ਖਤਮ ਹੋ ਗਈ ਹੈ। ਅਤੇ ਉਹ ਬੱਚਿਆਂ ਨੂੰ ਹੁੰਦਾ ਅਸੀਂ ਫੀਸ ਦੇ ਕੇ ਪੜ੍ਹਦੇ ਹਾਂ, ਕਹਿੰਦੇ ਅਸੀਂ ਤਨਖਾਹ ਲੈਂਦੇ ਹਾਂ, ਸ਼ਰਧਾ ਭਗਤੀ ਵਾਲੀ ਹੈ ਨਹੀਂ। ਉਹ ਪੜ੍ਹਨ ਤੋਂ ਬਾਅਦ ਵੀ ਉਹਨਾਂ ਦੇ ਅੰਦਰ ਜਿਹੜੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਨਜ਼ਰ ਆਉਂਦੀਆਂ, ਬਹਿਣਾ, ਸਹਿਣਾ, ਰਹਿਣਾ, ਕਹਿਣਾ, ਇਹ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਵਾਂਝੇ ਆ ਉਹ। ਪਰ ਇਹ ਜਿਹੜੀ ਇੱਧਰ ਸਾਡੀ ਪੜ੍ਹਾਈ ਹੈ, ਸਭ ਤੋਂ ਪਹਿਲਾਂ ਇਹ ਚੀਜ਼ ਦੱਸੀ ਜਾਂਦੀ ਹੈ। ਸਤਿਕਾਰ ਪਿਆਰ ਦੀ ਜਿਹੜੀ ਭਾਵਨਾ ਉਹ ਬੜੀ ਜ਼ਰੂਰੀ ਹੈ। ਅਤੇ ਗੁਰੂ ਮਹਾਰਾਜ ਦੇ ਘਰ ਵਿੱਚ ਤਾਂ ਬਹੁਤ ਵੱਡੀ ਗੱਲ ਹੈ। ਧੰਨ ਸ਼੍ਰੀ ਗੁਰੂ ਅਮਰਦਾਸ, ਧੰਨ ਗੁਰੂ ਅੰਗਦ ਸਾਹਿਬ ਲਈ ਜਲ ਲੈਣ ਆਉਂਦੇ ਸੀ ਪੇਸ਼ਲ ਖੁਰੀ ਮਾਰਵੀਂ ਪੇਠ ਨਾ ਹੋ ਜਾਏ,
ਜਿੱਥੋਂ ਖਡੂਰ ਸਾਹਿਬ ਦੀ ਹੱਦ ਮੁੱਕਦੀ ਸੀ ਅਤੇ ਫਿਰ ਉਹ ਦੇਖ ਲਓ ਕਰਵਟ ਬਦਲਦੇ ਸੀ। ਇਹ ਮਿਸਾਲਾਂ ਦੱਸੀਆਂ ਸ਼ਰਧਾ ਭਗਤੀ ਜਿਹੜੀ ਹੈ, ਪਰ ਉਹ ਹੁਣ ਚੀਜ਼ ਨਹੀਂ। ਇੱਕ ਵਾਰੀ ਬਾਬਾ ਸੰਤਾ ਸਿੰਘ ਬੁੱਢੇ ਦਾ ਲੜੇ ਇੱਥੇ ਆਏ ਹੋਏ ਸੀ, ਉਹ ਜਿਲ੍ਹੇ ਫਿਰ ਕੇਸ ਵਾਹੁੰਦੇ ਆ, ਦੁਮਾਲਾ ਸਜਾਉਂਦੇ, ਉਹਨਾਂ ਦਾ ਕਾਫੀ ਹੁੰਦਾ, ਚੱਕਰ ਤੋੜੇ, ਜੰਜੀਰੀਆਂ ਲਾਉਣੀਆਂ। ਉਹ ਜਿਹੜੇ ਕੇਸ ਸਵਾਰ ਰਹੇ ਸੀ ਨਾ, ਇੱਕ ਸਿੰਘ ਬੁੱਕ ਲੱਗਿਆ ਕਈ ਚਿਰ ਖੜਾ ਰਿਹਾ, ਅਤੇ ਮੈਂ ਵੀ ਗਿਆ ਸੀ, ਮਤਲਬ ਇੰਨਾ ਤਤਪਰ ਸੇਵਾ 'ਚ। ਫਿਰ ਉਹਨਾਂ ਨੇ ਉਹ ਕੇਸ ਦਿੱਤੇ ਵੀ ਚੰਡੇ 'ਚ ਪੇਟ ਕਰ ਦਿਓ, ਫਿਰ ਦੁਮਾਲੇ ਸਜਾਏ, ਅਤੇ ਸਾਰਾ ਉਹਨਾਂ ਨੇ ਜੋ ਜੰਜੀਰ ਵਗੈਰਾ ਚੱਕਰੀ ਜੋ ਵੀ ਹੈ। ਅਤੇ ਮੈਂ ਦੇਖਿਆ ਵੀ ਦੇਖੋ ਪੁਰਾਣੇ ਸਿੰਘਾਂ ਦੇ ਅੰਦਰ ਆਪਣਾ ਜਥੇਦਾਰ ਆ ਜਾਂ ਕੋਈ ਮੁਖੀ ਹੈ ਉਹਦੇ ਪ੍ਰਤੀ ਕਿੰਨੀ ਭਾਵਨਾ ਅਤੇ ਕਿੰਨੀ ਸ਼ਰਧਾ। ਅੱਜ ਹੁਣ ਇਹ ਚੀਜ਼ਾਂ ਲੋਪ ਹੋਣ ਕਰਕੇ ਸਾਡੀ ਚਾਹੇ ਕੋਈ ਜਥੇਬੰਦੀ ਹੈ ਚਾਹੇ ਕੋਈ ਸੰਸਥਾ ਆ, ਉਹਨਾਂ ਦੇ ਅੰਦਰ ਕੋਈ ਨਾ ਕੋਈ ਵਿਵਾਦ ਛੜਿਆ ਰਹਿੰਦਾ। ਉਹ ਜਿਹੜੀ ਪ੍ਰੇਮ ਵਾਲੀ ਸ਼ਰਧਾ ਵਾਲੀ ਭਾਵਨਾ ਸੀ ਉਹ ਖਤਮ ਹੋਣ ਦੇ ਕਾਰਨ, ਅਤੇ ਬਾਕੀ ਉਹਨਾਂ 'ਚ ਵੀ ਗੁਣ ਸੀਗੇ, ਕਮਾਈ ਕਰਦੇ ਸੀ, ਅਤੇ ਸਾਡੇ 'ਚ ਵੀ ਉਹ ਚੀਜ਼ਾਂ ਹੈ ਨੇ ਜਿਹਦੇ ਕਰਕੇ ਭਾਵਨਾ ਨਹੀਂ ਬਣਦੀ। ਇਸਤਰੀ ਦੇ ਅੰਦਰ ਪਤੀ ਦੀ ਸੀ, ਬੱਚਿਆਂ ਅੰਦਰ ਮਾਂ ਪੈ ਦੀ ਸੀ, ਵਿਦਿਆਰਥੀ ਅੰਦਰ ਉਸਤਾਦ ਦੀ ਸੀ, ਪ੍ਰਜਾ ਅੰਦਰ ਕਿਸੇ ਰਾਜਨੀਤਿਕ ਨੇਤਿਆਂ ਦੀ ਸੀ, ਉਹਨਾਂ ਦੇ ਅੰਦਰ ਵੀ ਕਮੀਆਂ। ਉਹ ਚਾਰ ਸਵੇਰੇ ਹੀ ਕਮੀ ਹੋਣ ਦੇ ਕਾਰਨ ਖਲਾਓ ਆ ਗਿਆ ਅਤੇ ਢਾਂਚਾ ਸਾਰਾ ਜਿਹੜਾ ਉਹ ਤਹਿਸ ਨਹਿਸ ਜਿਹਾ ਹੋਇਆ ਹੋਇਆ, ਅਤੇ ਆਪਣੇ ਹੱਕ 'ਤੇ ਕੋਈ ਟਿਕਦਾ ਨਹੀਂ, ਜਿਹਦੇ ਕਾਰਨ ਸਾਰੀ ਕਿਰਿਆ ਅਸਤ ਵਿਅਸਤ ਜਿਹੜੀ ਹੋਈ ਪਈ ਹੈ। ਅੱਗੇ ਬੱਚੇ ਵੀ ਦੇ ਲਓ, ਮਾਂ ਪਿਓ ਦੇ ਕਿੰਨੇ ਕਿੰਨੇ ਹੁੰਦੇ ਸੀ, ਪਰ ਮਾਂ ਪਿਓ ਦੇ ਮੂਹਰੇ ਕੋਈ ਸੂਬਾ ਸਾਹ ਨਹੀਂ ਲੈਂਦਾ, ਆਗਿਆਕਾਰੀ ਹੁੰਦੇ ਸੀ। ਹੁਣ ਇੱਕ ਇੱਕ ਨਿਆਣਾ ਉਹ ਵੀ ਕਹਿਣਾ ਨਹੀਂ ਹੁੰਦਾ, ਕਿਉਂਕਿ ਉਹ ਸਿੱਖਿਆ ਜਿਹੜੀ ਉਹ ਪਰੰਪਰਾ ਸੀ, ਸ਼ਰੰਖਲਾ ਸੀ ਨਾ, ਉਹ ਟੁੱਟ ਗਈ ਹੈ। ਪਰ ਹੁਣ ਜਿੱਥੇ ਕੋਈ ਵਿਦਵਾਨ ਸਾਧੂ ਸੰਤ ਮਹਾਂਪੁਰਖ ਹੈ ਉਹ ਮੁੜ ਕੇ ਫਿਰ ਉਹ ਸਾਰੀ ਚੀਜ਼ ਨੂੰ ਦੱਸਦੇ ਆ, ਅਤੇ ਜਿਹੜੇ ਸੰਗਤ ਕਰਦੇ ਉਹਨਾਂ ਵਿੱਚ ਤਾਂ ਥੋੜ੍ਹਾ ਬਹੁਤ ਹੈਗਾ, ਬਾਕੀ ਦਾ ਸੰਸਾਰ ਦਾ ਜਿਹੜਾ ਢਾਂਚਾ ਉਹ ਦੇਖਦੇ ਹਾਂ ਪਏ ਕਿਵੇਂ ਹਿਲਿਆ ਪਿਆ। ਸੋ ਆਓ ਆਪਾਂ ਗੁਰੂ ਮਹਾਰਾਜ ਤੋਂ ਸਮੱਤ ਲੈਣੀ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਆਪਾਂ ਇੱਕ ਸ਼ਬਦ ਲੈ ਰਹੇ ਹਾਂ, ਨਾਮ ਧਿਆਏ ਸੋ ਸੁਖੀ। ਹਰ ਬੰਦਾ ਚਾਹੁੰਦਾ ਮੈਂ ਸੁਖੀ ਹੋਵਾਂ, ਅਤੇ ਕੰਮ ਉਹ ਕਰਦਾ ਜਿਹਨਾਂ ਦੁੱਖ ਮਿਲੇ, ਦੁੱਖਮਈ ਕਰਮ ਕਰਕੇ ਚੋਰੀ ਜਾਰੀ ਬਦਮਾਸ਼ੀ ਅਤੇ ਸੁੱਖ ਕਿਵੇਂ ਮਿਲ ਸਕਦਾ। ਉਹ ਚਾਹੁੰਦਾ ਬਗਾਨਾ ਧਨ ਲੁੱਟ ਸੁੱਟ ਕੇ ਸ਼ਾਇਦ ਸੁਖੀ ਹੋਊਗਾ, ਪਰ ਜਿਹਨਾਂ ਤੋਂ ਲੁੱਟਿਆ ਉਹਦੀ ਆਤਮਾ ਬਦਦੁਆ ਦੇਊਗੀ ਅਤੇ ਸੁੱਖ ਨਹੀਂ ਹੋਊਗਾ। ਸੁਖੀ ਦਾ ਤਰੀਕਾ ਕੀ ਹੈ? ਇੱਕ ਤਾਂ ਨਾਮ ਧਿਆਉਣਾ, ਨਾਮ ਧਿਆਉਣ ਦੇ ਨਾਲ ਦ੍ਰਿਸ਼ਟੀ ਜਿਹੜੀ ਹੈ ਉਹ ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਜਦੋਂ ਸਮ ਦ੍ਰਿਸ਼ਟੀ ਹੋ ਜਾਏ ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਜਿਹਦੇ ਮਨ 'ਚ ਬੁਰਾ ਨਹੀਂ ਉਹ ਸੁਖੀ ਹੈ। ਅਤੇ ਫਰੀਦ ਸਾਹਿਬ ਨੇ ਕਹਿਣਾ, ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਦੇ ਇੱਕ ਸਲੋਕ 'ਚ ਕੁਝੇ ਸਮੁੰਦਰ ਬੰਦ ਕਰ ਗਏ, ਕਿੱਡੀ ਵੱਡੀ ਸਿੱਖਿਆ ਦੇ ਗਏ। ਔਰ ਕਹਿੰਦੇ ਹੈ ਤਿਸ ਮੁੱਖ ਉਜਲ ਹੋਏ। ਕਹਿੰਦੇ ਜਿਹੜਾ ਬੰਦਾ ਨਾਮ ਧੋਂਦਾ ਇੱਕ ਤਾਂ ਸੁਖੀ ਹੋ ਜਾਂਦਾ, ਉਹਨੂੰ ਆਤਮਕ ਰੂਹਾਨੀ ਸੁੱਖ ਮਿਲ ਜਾਂਦਾ, ਦੂਰਾ ਪਾਪਾਂ ਤੋਂ ਰਹਿਤ ਹੋਣ ਕਰਕੇ ਉਹਦਾ ਜਿਹੜਾ ਮੁਖੜਾ
ਉਹ ਉੱਜਲ ਪਵਿੱਤਰ ਹੋ ਜਾਂਦਾ, ਪਵਿੱਤਰਤਾ ਆ ਜਾਂਦੀ ਹੈ, ਨਾਮ ਜਪਣ ਨੂੰ ਦੋਸ਼ ਦੂਰ ਹੋ ਜਾਂਦੇ ਆ, ਮਨ ਬਾਣੀ ਸਰੀਰ ਕਰਕੇ ਸੇਵਾ ਨਾਲ ਸਰੀਰ ਪਵਿੱਤਰ ਹੁੰਦਾ, ਅਤੇ ਨਾਮ ਦੇ ਨਾਲ ਮਨ ਅਤੇ ਗਿਆਨ ਦੇ ਨਾਲ ਬੁੱਧੀ ਪਵਿੱਤਰ ਹੋ ਜਾਂਦੀ ਹੈ। ਪੂਰੇ ਉਰ 'ਤੇ ਪਾਈਏ ਪ੍ਰਗਟ ਸਭਨੀ ਦੋਏ, ਕਹਿੰਦੇ ਇਹ ਜਿਹੜੇ ਗੁਣ, ਇਹ ਅਵਸਥਾ, ਇਹਦਾ ਗਿਆਨ ਪੂਰਿਆਂ ਗੁਰੂਆਂ ਤੋਂ ਪ੍ਰਾਪਤ ਹੁੰਦਾ, ਅਤੇ ਜਿਹਦੇ 'ਤੇ ਬਖਸ਼ਿਸ਼ ਹੋ ਜਾਂਦੀ ਹੈ, ਹਰ ਕਾ ਭਗਤ ਪ੍ਰਗਟ ਨਹੀਂ ਛਪਿਆ। ਜਿਹੜਾ ਹਰੀ ਦਾ ਪ੍ਰਗਟ ਹੈ ਨਾ, ਤਿੰਨਾਂ ਲੋਕਾਂ 'ਚ ਪ੍ਰਗਟ ਹੋ ਜਾਂਦਾ, ਭਗਤ ਭਗਤ ਜਗ ਵਜਿਆ ਚੋਂ ਚੱਕਾਂ ਦੇ ਵਿੱਚ ਚਮਰੇਟਾਂ, ਰਵਿਦਾਸ ਦਾ ਲੈ ਲਓ, ਉਹ ਨਾਮ ਬਾਣੀ ਭਗਤੀ ਦੇ ਪ੍ਰਤਾਪ ਨਾਲ ਪ੍ਰਗਟ ਹੋਇਆ। ਇਸ ਕਰਕੇ ਚੌਹਾਂ ਯੁਗਾਂ ਵਿੱਚ ਸਾਰੇ ਲੋਕਾਂ ਦੇ ਵਿੱਚ ਉਹ ਪ੍ਰਗਟ ਹੋ ਜਾਂਦਾ। ਸਾਧ ਸੰਗਤ ਕੈ ਘਰ ਵਸੈ ਇੱਕੋ ਸੱਚਾ ਸੋਇ, ਕਹਿੰਦੇ ਜਿਹੜੇ ਸਾਧ ਸੰਗਤ ਰੂਪੀ ਘਰ ਆ, ਉੱਥੇ ਜਿਹੜਾ ਇੱਕ ਸੱਚਾ ਪਰਮੇਸ਼ੁਰ ਹੈ ਉਹਦਾ ਨਿਵਾਸ ਹੈ। ਨਾਰਦ ਵਿਕੁੰਠ ਚਲੇ ਗਿਆ, ਸਵਰਗ ਗਿਆ, ਹੋਰ ਪੁਰੀਆਂ 'ਚ ਗਿਆ, ਕਹਿੰਦੇ ਭਗਵਾਨ ਤੁਹਾਡੇ ਦਰਸ਼ਨ ਲਈ ਮੈਂ ਕਈ ਜਗ੍ਹਾ ਗਿਆ, ਤੁਸੀਂ ਵੀ ਥੈਂ ਚੱਲ ਹੋ ਗਏ, ਲੱਗਦਾ ਹੀ ਨਹੀਂ ਕਦੇ ਕਿੱਥੇ ਰਹਿੰਦੇ ਆ। ਕਹਿੰਦੇ ਨਾਰਦ ਮੈਂ ਸਾਧ ਸੰਗ 'ਚ ਰਹਿੰਦਾ, ਜਿੱਥੇ ਨਿਰੰਕਾਰ ਦਾ ਜਾਸ ਹੁੰਦਾ ਨਾ, ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈ, ਬੈਕੁੰਠ ਨਗਰ ਜਹਾਂ ਸੰਤ ਬਸ। ਇਸ ਕਰਕੇ ਉੱਥੇ ਕਹਿੰਦੇ ਇੱਕੋ ਸੱਚਾ ਸੋਇਆ ਜਿਹੜਾ ਸੋਭਾ ਵਾਲਾ ਉਹ ਬਿਰਾਜਮਾਨ ਹੁੰਦਾ ਹੈ, ਮੇਰੇ ਮਨ ਹਰ ਹਰ ਨਾਮ ਧਿਆਏ। ਇਸ ਪਾਸੇ ਸੰਬੋਧਨ ਕਰਕੇ ਕਹਿੰਦੇ ਆ ਉੱਤਮ ਭਗਤੇ ਦੁਆਰਾ, ਇਹ ਮੇਰੇ ਮਨਾਂ ਇੱਕ ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਕਰ। ਨਾਮ ਜਪਦੇ ਸਾਰੇ ਆ, ਕੋਈ ਆਪਣਾ ਜਪੀ ਜਪਾਈ ਜਾਂਦਾ ਹਰਨਾਕਸ਼ ਨੂੰ, ਕੋਈ ਆਪਣੇ ਪਰਿਵਾਰ ਦਾ, ਕੋਈ ਮਿੱਤਰਾਂ ਸੱਜਣਾਂ ਦਾ, ਕੋਈ ਮਾਇਆ ਪਦਾਰਥਾਂ ਦਾ, ਪਰ ਅਸੀਂ ਗਲਤ ਨਾਮ ਜਪਦੇ ਹਾਂ। ਪਰਮੇਸ਼ੁਰ ਦਾ ਨਾਮ ਜਪਣ ਦਾ ਮਤਲਬ ਹੈ ਵੀ ਬਾਕੀ ਖਤਮ ਹੋ ਜਾਏ, ਉਹਦਾ ਨਾਮ ਰਹਿ ਜਾਏ, ਅਤੇ ਜਿਹੜੇ ਉਹਦਾ ਰਹਿ ਜਾਊਗਾ ਅਤੇ ਉਦੋਂ ਫਿਰ ਤੈਂ ਹਰ ਆਪੇ ਆਪ ਉੱਥੇ ਪਰਮੇਸ਼ੁਰ ਹੈ, ਪਰਮੇਸ਼ੁਰ ਹੈ। ਅਤੇ ਅਸੀਂ ਹੁਣ ਇੱਥੇ ਦੱਸਿਆ ਸੀ ਨਾ, ਪੜ੍ਹਦੇ ਨਿਵਾਜ ਸੀ, ਕਹਿੰਦੇ ਸਾਡੇ ਨਾਲ ਨਹੀਂ ਪੜ੍ਹੀ, ਕਹਿੰਦੇ ਤੂੰ ਘੋੜੇ ਖਰੀਦਦਾ ਫਿਰਦਾ, ਤੇਰਾ ਬਛੇਰਾ ਨਟਵਾਈ ਡੱਬਾ, ਜਿਹਨ ਪੜ੍ਹ ਨਹੀਂ ਸੋ ਤਾਂ ਬਾਹਰ ਘੁੰਮਣ ਡਿਆ, ਬਹੁਤ ਇੱਥੇ ਖੜ੍ਹਾ। ਇਸ ਕਰਕੇ ਦੱਸਦੇ ਆ ਨਾਮ ਸਹਾਈ ਸਦਾ ਸੰਗ ਆਗੇ ਲੈ ਛੜਾਏ, ਬਾਕੀ ਸਹਾਇਤਾ ਜਿਹੜੀ ਆਪੋ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਕਰਦੇ ਆ। ਜਿਹੜੇ ਪਰਮਾਰਥੀ ਹੈ, ਪਰਮੇਸ਼ੁਰ ਹੈ, ਉਹਦੇ ਪਿਆਰੇ ਹੈ, ਉਹ ਸਦਾ ਸੰਗੀ ਸਾਥੀ ਹੋ ਕੇ ਸਹਾਇਕ ਰਹਿੰਦੇ ਆ। ਅਤੇ ਅੱਗੇ ਪਹਿਲੀ ਗੱਲ ਤਾਂ ਜਮਾਂ ਦੇ ਜਾਂਦਾ ਨਹੀਂ, ਜੇ ਕੋਈ ਹੀਣਾ ਕਰਮ ਹੋ ਜਾਏ ਫਿਰ ਵੀ ਉਹਨੂੰ ਸੇਵਕ ਜਾਣ ਕੇ ਛਡਾ ਲੈਂਦੇ ਆ। ਜਲਣ ਭਗਤ ਜਾ ਰਹੇ ਸੀ ਨਾ, ਅਤੇ ਕਿਸੇ ਨੂੰ ਜਮਦੂਤ ਲਿਜਾਉਂਦੇ ਸੀ, ਅਤੇ ਜਲਣ ਕਹਿੰਦੇ ਉਹਨੂੰ ਛੱਡ ਦਿਓ, ਕਹਿੰਦੇ ਮਹਾਰਾਜ ਤਾਂ ਬੜੀਆਂ ਗਲਤੀਆਂ ਕਰਦਾ ਰਿਹਾ। ਕਹਿੰਦੇ ਨੇ ਮੈਨੂੰ ਇਹਨੇ ਇੱਕ ਵਾਰੀ ਜੀਓ ਕਹਿ ਕੇ ਬੁਲਾਇਆ ਸੀ, ਧਰਮ ਰਾਜ ਕਹਿ ਦਿਓ ਅਤੇ ਜਲਣ ਨੂੰ ਇੱਕ ਵਾਰੀ ਜੀ ਕਹਿ ਕੇ ਬੁਲਾਇਆ ਸੀ, ਜੇ ਕੋ ਜੀਏ ਜੀਓ ਕਹੇ ਉਹਨਾਂ ਕੋ ਅਤੇ ਤਿੰਨ ਕੋ ਜੰਮ ਕੀ ਤਲਬ ਨਾ ਹੋਈ, ਉਹਨਾਂ ਦੀ ਜੰਮ ਦੀ ਪੁੱਛ ਪੜਤਾਲ ਨਹੀਂ ਹੁੰਦੀ, ਇੰਨੀ ਤਾਕਤ ਮਹਾਰਾਜ ਉਹਨਾਂ ਨੂੰ ਦੇ ਦਿੰਦੇ ਹੈ। ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਧਰ ਮਾਹੇ ਸੁਣ ਕੇ ਜੰਮ ਕਹਿ ਦੂਤ, ਨਾਏ ਤੇਰਾ ਛੱਡ ਜਾਏ ਰਹੋ। ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕੰਮ, ਅੱਜ ਦੁਨੀਆਂ ਦੀਆਂ ਵਡਿਆਈਆਂ ਇਹ ਕਿਹੜੇ ਕੰਮ ਹੋਣਗੀਆਂ, ਇਹ ਤਾਂ ਚਾਰ ਦਿਨ ਦੀ ਲਿਫਾਫੇਬਾਜ਼ੀ ਹੈ।
ਮੈਂ ਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਰਮ ਨੂੰ, ਇਹ ਚਾਰ ਕੁ ਦਿਨ ਦੀ ਹੁੰਦੀ ਆ। ਹੁਣ ਆ ਜਿਹੜੇ ਲੀਡਰ ਹਾਰੇ ਹੋਏ ਆ ਜਿਹੜੇ ਝੰਡੀ ਵਾਲੀ ਲੰਘਦੀ, ਹੋਕੇ ਹੁੰਦੇ ਕਿ ਨਹੀਂ? ਕੱਲ੍ਹ ਆਪਣੇ ਕੋਲ ਹੁੰਦੇ ਜੀ, ਇਹ ਕੋਠੀਆਂ ਆਪਣੇ ਕੋਲ ਹੁੰਦੀਆਂ, ਵਲ ਵਲ ਉੱਠਦੀਆਂ, ਇਹ ਠੀਬੀ ਲਾਉਣ ਵਾਸਤੇ ਕੂੜ ਕਵਾੜਾ ਕਿੰਨਾ ਕਰਦੇ ਆ, ਹਾਂਜੀ। ਅਤੇ ਪਰ ਉਹ ਦੁੱਖ ਦੁਖੀ ਬਣੀ ਰਹਿੰਦੀ ਹੈ। ਇਹ ਦੁਨੀਆਂ ਦੀਆਂ ਜਿਹੜੀਆਂ ਵਡਿਆਈਆਂ ਕਹਿੰਦੇ ਇਹ ਨਹੀਂ ਕਿਸੇ ਕੰਮ ਆਉਣੀਆਂ, ਉਹ ਗੁਰੂ ਨਾਨਕ ਸਾਹਿਬ ਦੇ ਘਰੋਂ ਜਿਹਨੂੰ ਵਡਿਆਈ ਮਿਲੀ, ਭਾਈ ਬਾਲੇ ਮਰਦਾਨੇ ਬਾਬੇ ਬੁੱਢੇ ਨੂੰ ਸਦਾ ਘਟਾ ਲਿਆ। ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸਿਧਾਂ, ਇਹ ਮਾਇਆ ਦੇ ਰੰਗ। ਇੱਕ ਵਾਰੀ ਤਾਂ ਉੱਚੀ ਦੁਕਾਨ ਫਿੱਕਾ ਭਗਵਾਨ ਡੈਕੋਰੇਸ਼ਨ 'ਚ ਫਸ ਜਾਂਦਾ ਨਾ, ਫਿਰ ਨਿਕਲਦਾ ਕੁਛ ਵੀ ਨਹੀਂ। ਸੋ ਇਸ ਕਰਕੇ ਕਹਿੰਦੇ ਮਾਇਆ ਦਾ ਰੰਗ ਸਭ ਫਿੱਕਾ, ਇਹ ਫਿੱਕਾ ਇਹ 'ਚ ਸਵਾਦ ਕੋਈ ਨਹੀਂ, ਹੈਂਜੀ। ਅਤੇ ਜਾਤੋ ਬਿਨ ਸਿਧਾਂ ਕਹਿੰਦੇ ਇਹ ਸਾਰਾ ਨਾਸ ਹੋ ਜਾਂਦਾ, ਅਤੇ ਨਿਦਾਨ ਮੈਨੇ ਪਰੇ ਮੂਰਖ ਸਮਝਦਾ ਨਹੀਂ ਕਿ ਜਿਨ ਮਾਇਆ ਦੇ ਜਿੰਨੇ ਵੀ ਨਿਦਾਨ ਕਾਰਨ ਆ ਇਹ ਦੁੱਖ ਦੇਣ ਵਾਲੇ ਸੁੱਖ ਨੇ। ਪਹਿਲਾਂ ਤਾਂ ਹੁਣ ਮਾਇਆ ਕਮਾਉਣ ਲਈ ਕਿੰਨਾ ਦੁੱਖ ਆ, ਥੋੜ੍ਹੇ ਪਾਪੜ ਵੇਲਣੇ ਪੈਂਦੇ ਆ, ਫਿਰ ਪਦਾਰਥ ਲੈਂਦੇ ਆ, ਫਿਰ ਸਵਾਣੀਆਂ ਨੇ ਬੜੇ ਤੁੜਕੇ ਛੌਂਕੇ ਲਾ ਕੇ ਬਣਾ ਲਿਆ, ਅਤੇ ਜਿੰਨਾ ਚਿਰ ਜੀਵ ਨਾ ਟੱਚ ਉਨਾ ਚਿਰ ਸਵਾਦ ਆ, ਜਦੋਂ ਗੱਲ 'ਤੇ ਥੱਲੇ ਚਲੇ ਗਿਆ ਤਾਂ ਉਹ ਹੈਗਾ ਸਵਾਦ। ਜੇ ਪੇਟ 'ਚ ਦਰਦ ਹੋ ਗਈ, ਹੈਜਾ ਹੋ ਗਿਆ, ਕੋਈ ਹੋਰ ਹੋ ਗਿਆ, ਫਿਰ ਕਹਿੰਦੇ ਕਾਹਨੂੰ ਖਾਣਾ ਸੀ, ਵੀ ਹੁਣ ਤਾਂ ਜੋ ਕਰਨਾ ਹੀ ਕਰ ਗਿਆ। ਇਸ ਕਰਕੇ ਕਹਿੰਦੇ ਹੈ ਕਿ ਜਾਤੋ ਬਿਨ ਸੰਦਾਨ, ਕਹਿੰਦੇ ਇਹ ਸਾਰੇ ਨਾਸ ਹੋਣ ਦੇ ਕਾਰਨ ਆ, ਸਦਾ ਰਹਿਣ ਵਾਲੇ ਨਹੀਂ। ਮਾਇਆ ਦੇ ਰੰਗ ਜਿਹੜੇ ਇਹ ਫਿੱਕੇ ਆ, ਹਾਂਜੀ, ਜਿਸ ਤਰ੍ਹਾਂ ਕੁਸੁੰਬੇ ਦਾ ਰੰਗ ਫਿੱਕਾ ਨਾ, ਦੇਖਣ ਨੂੰ ਤਾਂ ਲਾਲ ਗਾੜਾ ਹੁੰਦਾ, ਅਮਾ ਸੂਰਜ ਦੀ ਲਾਈਟ ਪਈ ਨਹੀਂ ਅਤੇ ਰੰਗ ਉੱਡਿਆ ਨਹੀਂ, ਕੱਚਾ ਰੰਗ ਕੁਸੁੰਬ ਕਾ ਥੋੜ੍ਹਿਆ ਦਿਨ ਚਾਰ ਦੀ, ਉਹ ਸਦਾ ਨਹੀਂ ਰਹਿੰਦਾ ਹੈ, ਚਾਰ ਕੁ ਦਿਨ ਦਾ ਠਾਠਾ ਵਾਗਾ ਹੁੰਦਾ ਉਹਦਾ। ਇਸ ਕਰਕੇ ਕਹਿੰਦੇ ਰਾਹ ਦੁਨੀਆਂ ਕਿਵੇਂ ਬਣਾਈਆਂ, ਕਬਨੇ ਆਵੇ ਕਾਮ, ਕਿਸੇ ਕੰਮ ਨਹੀਂ ਆਉਂਦੀਆਂ। ਮਾਇਆ ਕਾ ਰੰਗ ਸਭ ਫਿੱਕਾ, ਸਾਰਾ ਫਿੱਕਾ, ਜਾਤੋ ਬਿਨ ਸੁਨਾ, ਇਹਨੂੰ ਜਾਣ ਲਓ, ਇਹ ਨਾਸ ਹੋ ਜਾਣ ਵਾਲਾ। ਅਤੇ ਜਿਹੜਾ ਪਦਾਰਥ ਤੋਂ ਬਣਿਆ ਸਰੀਰ ਆ, ਜਦ ਉਹ ਪਦਾਰਥ ਥੋੜ੍ਹੇ ਟਾਈਮ ਬਾਅਦ ਨਾਸ ਹੋ ਜਾਂਦੇ, ਇਹ ਤੋਂ ਪੈਦਾ ਹੋਇਆ ਸਰੀਰ ਕਿੰਨਾ ਕੁ ਚਿਰ ਰਹੇਗਾ, ਇਹ ਵੀ ਸਦਾ ਨਹੀਂ ਰਹੇਗਾ, ਇਹ ਕਾਰਨ ਹੈ। ਇਸ ਕਰਕੇ ਪਾਰੇ ਨਿਦਾਨ ਐਸਾ ਮੂਰਖ ਹੈ, ਸਮਝਦਾ ਨਹੀਂ, ਇਹਨਾਂ ਝੂਠੀਆਂ ਚੀਜ਼ਾਂ ਨਾਲ ਪਿਆਰ ਪਾ ਕੇ ਬੈਠਾ, ਇਹ ਸਾਰੀਆਂ ਨਾਸ ਹੋ ਜਾਣ ਵਾਲੀਆਂ ਹਨ। ਜਾ ਕੇ ਹਿਰਦੇ ਹਰ ਵਸੈ ਸੋ ਪੂਰਾ ਪ੍ਰਧਾਨ, ਜਿਹਦੇ ਹਿਰਦੇ 'ਚ ਉਹ ਵੱਸਦਾ ਉਹ ਪੂਰਾ ਉਹ ਪ੍ਰਧਾਨ ਆ। ਇੱਕ ਤਾਂ ਵੋਟਾਂ ਨਾਲ ਪ੍ਰਧਾਨ ਬਣਾ ਤੇ ਨਾ, ਵੋਟਾਂ ਉਲਟ ਪੈ ਗਈਆਂ ਪ੍ਰਧਾਨੀ ਚੱਲ ਜਾਂਦੀ ਹੈ, ਪਰ ਅਸਲੀ ਪ੍ਰਧਾਨ ਕੌਣ ਆ? ਜਾ ਕੇ ਹਿਰਦੇ ਹਰ ਵਸ, ਜਿਹਦੇ ਹਿਰਦੇ ਹਰੀ ਵਾਹਿਗੁਰੂ ਵੱਸਦਾ ਨਾ, ਉਹ ਪ੍ਰਧਾਨ ਸ਼੍ਰੋਮਣੀ ਹੈ, ਹਾਂਜੀ। ਸੋ ਪੂਰਾ, ਉਹ ਪੂਰਾ ਆ, ਕਿਉਂਕਿ ਆਤਮਾ ਗਿਆਨੀ ਹੈ, ਉਹ ਹੀ ਪ੍ਰਧਾਨ ਸ਼੍ਰੋਮਣੀ ਹੈ। ਸਾਧੂ ਕੀ ਹੋ ਰਹਿਣ ਕਾ ਆਪਣਾ ਪਥਿਆ, ਕਹਿ ਜਿਹੜੀ ਆਪਣੇ ਆਪ ਨੂੰ ਸਾਧਿਆ ਮਹਾਂਪੁਰਖਾਂ ਨੇ, ਉਹਨਾਂ ਦੀ ਰੇਣਕਾ ਧੂੜੀ ਬਣ ਜਾ, ਭਾਵ ਨਿਮਰਤਾ ਗਰੀਬੀ ਧਾਰ ਲਾ, ਆਪਣਾ ਆਪ ਜਿਹੜਾ ਆਪਣਾ ਹੋਮੇ ਵਾਲਾ ਭਾਵ ਆ ਨਾ, ਸਾਰਾ ਤਿਆਗ ਦੇ। ਅਤੇ ਬਾਕੀ ਇਹ ਜਿੱਥੇ ਸੱਚਾਈ ਹੁੰਦੀ ਹੈ ਨਾ, ਉੱਥੇ ਮਲੰਮਾ ਵੀ ਬਹੁਤ ਪੈਦਾ ਹੋ ਜਾਂਦਾ, ਉਹ ਕਈ ਵਾਰੀ ਬੰਦਾ ਧੋਖੇ 'ਚ ਫਿਰ ਗਲਤ ਬੰਦਿਆਂ ਦੇ ਜਾਲ 'ਚ ਵੀ ਫਸ ਜਾਂਦਾ, ਹੈਂ, ਅਤੇ ਬਾਅਦ ਵਿੱਚ ਫਿਰ ਉਹ ਖੁਦੋ ਫਰੋਲ ਨਿਕਲਦਾ ਕੁਛ ਨਹੀਂ, ਦੌੜੇ ਫਿਰਦੇ ਮਾਰੇ ਦਾ ਘਰ ਛੱਡ ਕੇ, ਫਿਰ ਉਹ ਚੱਕਰ ਚੁੱਕਰ ਗੇੜੇ ਕੱਢ ਕੇ ਆਉਂਦੇ ਆ,
ਇੱਕ ਹੁੰਦਾ ਸੀ ਪ੍ਰੇਮੀ ਕੈਨੇਡਾ 'ਚ, ਅਤੇ ਜਿੰਨੇ ਵੀ ਕਥਾ ਬਚ ਗਏ ਨਾ ਸਾਰੀਆਂ ਦੀਆਂ ਉਹਦੇ ਕੋਲ ਰਿਕਾਰਡਿੰਗ ਸੀ, ਘੱਟੋ ਘੱਟ 5000 ਰਿਕਾਰਡਿੰਗ ਸੀ ਜਿਹਨੇ ਵੀ ਗਿਆਨੀ ਧਿਆਨ ਹੋਏ। ਉਹ ਇਸ ਤਰ੍ਹਾਂ ਮੰਨਦਾ ਸੀ, ਅਤੇ ਫਿਰ ਉਹ ਕੁਦਰਤੀ ਸੰਗਤ 'ਚ ਆ ਗਿਆ ਅਤੇ ਕਹਿੰਦਾ 35 ਸਾਲ ਮੈਂ ਜਿਹੜਾ ਇਹਨੇ ਨਾਮ ਦਿੱਤਾ ਸੀ ਜਪਦਾ ਰਿਹਾ, ਆਪਣੀ ਫੋਟੋ ਦਾ ਉਹ ਧਿਆਨ ਕਰਵਾਉਂਦੇ ਸੀ, ਕਹਿੰਦੇ ਪੱਲੇ ਕੁਛ ਨਹੀਂ ਪਿਆ। ਫਿਰ ਮਹਾਰਾਜ ਕਿਰਪਾ ਕੀਤੀ, ਅੰਮ੍ਰਿਤ ਛਕਾਇਆ, ਫਿਰ ਉਹ ਇਸ ਲੈਣ 'ਤੇ ਲੱਗਾ। ਕਹਿਣ ਤੋਂ ਭਾਵ ਇਹ ਹੈ ਕਿ ਦੁਨੀਆ ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਏ। ਉਹ ਸਵੇਰੇ ਵੀ ਦਸ਼ਟਾਨ ਦਿੱਤਾ, ਜਿਵੇਂ ਗਲਹਿਰੀ ਹੁੰਦੀ ਹੈ ਕਾਟੋ, ਉਹ ਡਾਲੀ ਡਾਲੀ ਘੁੰਮਦੀ ਹੈ। ਅੱਜ ਸਾਡਾ ਸਿੱਖਾਂ ਦਾ ਵੀ ਹਾਲ ਆ, ਅਸੀਂ ਮੁੰਡ ਛੱਡ ਕੇ ਡਾਲੀਆਂ 'ਤੇ ਘੁੰਮਦੇ ਫਿਰਦੇ ਹਾਂ, ਕੋਈ ਕਿਸੇ ਪਾਸੇ ਦੌੜਾ ਫਿਰਦਾ, ਕਿਸੇ ਪਾਸੇ ਕੋਈ ਸਿਦਕ ਨਹੀਂ ਰਹਿ ਗਿਆ, ਭਰੋਸਾ ਟੁੱਟ ਗਿਆ। ਮਹਾਰਾਜ ਨੇ ਅਜਿੱਤੇ ਰਹਿੰਦਾ ਉਹਦੀ ਗੋਸ਼ਟੀ 'ਚ ਕਿਹਾ ਨਾ, ਅਜਿੱਤਿਆ ਜਿਹੜੇ ਗੁਰੂ ਸੰਗ ਵਰਤਾਏਗਾ ਨਾ ਕੋਈ ਬਿਰਲਾ ਹੀ ਰਹੂਗਾ। ਭਾਈ ਗੁਰਦਾਸ ਕਹਿੰਦੇ ਸੰਘੇ ਅੰਦਰ ਸਭ ਤੋਂ ਅਸੀਂ ਬਿਰਲੇ ਬੰਦੇ, ਗੁਰੂ ਜਿਹੜੇ ਸੰਗ ਵਰਤਾਉਂਦਾ ਫਿਰ ਬਿਰਲੇ ਨਿਕਲਦੇ ਨਾ। ਜਦੋਂ ਕਰਤਾਰਪੁਰ ਸੰਗ ਵਰਤਾਇਆ ਸੀ ਧਾਨਕ ਰੂਪ ਰਾ ਕਰਤਾਰ, ਫਿਰ ਭਾਈ ਲੈਣੇ ਪੂਰੇ ਉਤਰੇ ਨੂੰ। ਇਸ ਕਰਕੇ ਅੱਜ ਵੀ ਆਪਣੇ ਆਪ ਨੂੰ ਕਹਾਉਂਦੇ ਤਾਂ ਬਹੁਤ ਹੈ, ਪਰ ਕਸਵੱਟੀ ਲੱਗੇ ਫਿਰ ਪਤਾ ਲੱਗੂ ਕਬੀਰ ਕਸੌਟੀ ਰਾਮ ਕੀ ਝੂਠਾ ਟੇਕੇ ਨਾ ਕੋਏ, ਆਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ ਮਰ ਜੀਵੜਾ। ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨ ਲਾਓ, ਸਾਰੇ ਉਪਾਵ ਵੀ ਛੱਡਦੇ, ਸਿਆਣਪਾਂ ਵੀ ਛੱਡਦੇ, ਆਪਣੀ ਮੱਤ ਤਿਆਗ ਕੇ ਗੁਰੂ ਦੇ ਚਰਨੀ ਲੱਗ ਜਾ। ਗੁਰ ਕੀ ਮੱਤ ਤਿਆਗੋ ਭਾਈ ਇਹ ਬਾਤ ਕਠਿਨੀ, ਇਹੀ ਤਾਂ ਕਠਿਨ ਗੱਲ ਆ, ਆਪਣੀ ਮੱਤ ਨਹੀਂ ਨਾ ਛੱਡਦਾ, ਕਹੂਗਾ ਗੁਰਮਤ ਕਰਦਾ ਮਨ ਮਤਿਆ। ਫਿਰ ਜੇ ਗੁਰੂ ਦੀ ਮੱਤ ਆ ਜਾਏ ਫਿਰ ਤਾਂ ਗੁਰ ਕੀ ਮੱਤ ਲੇਹੇ ਆਨੇ ਭਗਤ ਬਿਨਾਂ ਵਾ ਡੁੱਬੇ ਸਿਆਣੇ ਬਣ ਜਾਂਦਾ। ਗੁਰ ਕੀ ਚਰਨੀ ਲਾ, ਗੁਰੂ ਦੀ ਚਰਨੀ ਲੱਗ ਜਾ। ਉਹ ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋ ਗਿਆ ਭਾਗ, ਉਹਨੂੰ ਇਹ ਗਿਆਨ ਰੂਪੀ ਬਰਾਗ ਰੂਪੀ ਰਤਨ ਪ੍ਰਾਪਤ ਹੁੰਦਾ ਜਿਹਦੇ ਮੱਥੇ ਦੇ ਭਾਗ ਆ। ਹਾਂਜੀ, ਕਿਉਂਕਿ ਕਹਿੰਦੇ ਇਹ ਜਿਹੜਾ ਜਨਮ ਆ ਨਾ ਇਹ ਪਰਮਾਤਮਾ ਦੇ ਭਜਨ ਲਈ ਮਿਲਿਆ। ਭਰਥਰੀ ਜੀ ਕਹਿੰਦੇ ਆ ਕਿ ਭੋਗਨ ਹੇਤ ਨਾ ਦੈਵ ਦਿਓ, ਦੈਵ ਪਰਮਾਤਮਾ ਨੇ ਆਪੇ ਇਹ ਵਿਕਾਰ ਭੋਗਣ ਲਈ ਥੋੜ੍ਹੀ ਦਿੱਤਾ, ਇਹ ਤਾਂ ਨਾਮ ਜਪਣ ਲਈ, ਪਰਮਾਤਮਾ ਦੀ ਪ੍ਰਾਪਤੀ ਆਵਾਗੁਣ ਮਿਟਾਉਣ ਲਈ, ਰਾਸੀ ਨੇ ਜੂਨਾਂ ਦੇ ਜਾਲ 'ਚੋਂ ਨਿਕਲਣ ਵਾਸਤੇ ਦਿੱਤਾ ਹੈ। ਪਰ ਮੁੜ ਮੁੜ ਕੇ ਸਿਰ ਫੇ ਉੱਥੇ ਅੜਾਈ ਜਾਂਦਾ, ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ, ਸੋ ਫਸਦਾ ਹੋਰ ਪਰ ਮੱਥੇ ਦਾ ਭਾਗ ਸਹਾਇਤਾ ਨਹੀਂ ਨਾ ਕਰਦਾ। ਹੁਣ ਦੁਨੀ 'ਚ ਆਉਂਦਾ ਭਾਗ ਜਵਾਉਣ ਲੱਗਿਆ ਸੀ, ਕਹਿੰਦੀ ਆ ਗਿਆ ਪਹਾੜੀਆਂ ਦਾ ਹੱਥ, ਕਹਿੰਦੀ ਸਾਡਾ ਦੁਨੀ 'ਚ ਆਉਂਦੇ, ਪਹਿਲਾਂ ਤਾਂ ਦਇਆ ਸੁਣ ਕਿਉਂ ਪਿਆ, ਮਹਾਰਾਜ ਬਚਾਓ ਸਮਝਾਓ ਮਹਾਰਾਜ ਨੂੰ। ਕਹਿੰਦੇ ਮਹਾਰਾਜ ਤਾਂ ਸਾਰਿਆਂ ਨੂੰ ਸੁਣ ਜਾਂਦੇ, ਤੂੰ ਗੱਲ ਕਿੱਧਰ ਸੁਣਿਆ। ਫਿਰ ਜਰਨੈਲ ਮਹਾਰਾਜ ਉਦੇ ਸਿੰਘ ਹੋ ਗਿਆ, ਉਹ ਕਹਿੰਦੇ ਉਹ ਮਹਾਰਾਜ ਮਰਾਉਂਦੇ ਨਹੀਂ, ਬਹੁਤ ਕਹੀ ਆ, ਜੇ ਲੜਾਉਣਗੇ ਆਪੇ ਉਹ ਨਹੀਂ ਬਲ ਦੇ ਦੇਣਾ। ਪਰ ਨਹੀਂ, ਫਿਰ ਚੱਕੇ ਚਲੇ ਜਾੜੇ ਅਤੇ ਖੇਂ ਜਿਹੜਾ ਸਾਹਿਬ ਸਰੀਰ ਭਾਰਾ ਸੀ ਆਨੰਦਗੜ੍ਹ ਕਿਲੇ ਦੀ ਕੰਧ ਲਗਾ ਟੱਪਣ, ਉਹ ਬਹਿਣ ਰਸਾ ਟੋਲਾ ਤੜਲੇ ਮੰਜੇ 'ਤੇ ਪਾ ਕੇ ਲਿਆਏ, ਕਿਧਰਿਆ ਨੂੰ ਉੱਠਿਆ ਉਹ ਸੱਪ ਦੇ ਪੈਰ ਰੱਖਿਆ ਗਿਆ, ਲੜ ਕੇ ਮਰ ਗਿਆ। ਉੱਧਰ ਆ ਗਿਆ ਬਚਿੱਤਰ ਸਿੰਘ ਭਾਈ ਉਹਦੇ ਸੰਧਾ ਭਰਾ ਮਨੀ ਸੰਧਾ ਲੜਕਾ, ਉਹਦਾ ਕਰਮ ਕਹਿੰਦੇ ਸਾਡਾ ਆ ਬਬਰ ਸ਼ੇਰ ਆ, ਉਹ ਨਾਗਣੀ ਵਰਸ਼ੀ ਅੱਜ ਵੀ ਸੁਭਾਅ ਮਨ ਤਖ਼ਤ ਕੇਸਗੜ੍ਹ ਸਦਾ ਹੀ ਰਹੂਗਾ।
ਮੱਥੇ ਦਾ ਭਾਗ ਨਾ ਕਰੇ ਨਾ, ਮਹਾਰਾਜ ਕਿਰਪਾ ਕਰਦੇ ਆ ਪਰ ਭਾਗ ਸਹਾਇਤਾ ਨਹੀਂ ਕਰਦਾ। ਕਿਸੇ ਪ੍ਰਾਪਤ ਪਾਈ ਹੋ ਜਿਸ ਦੇਵ ਹੈ ਪ੍ਰਭਾਵ, ਉਹ ਇੱਥੇ ਆਏ ਸੀ ਭਚੰਗੀ ਛੱਡਣ, ਅਤੇ ਮੈਂ ਕਿਹਾ ਚਲੋ ਇਹਨੂੰ ਹੌਲੀ ਹੌਲੀ ਸੰਥਿਆ ਸ਼ੁਰੂ ਕਰੀਏ, ਅਤੇ ਬਾਜੀ ਵਾਲੀ ਦੀ ਵੀ ਡਿਊਟੀ ਲਾਈ, ਮੇਰਾ ਚਿੱਤ ਨਹੀਂ ਲੱਗਦਾ, ਫਿਰ ਘਰ ਦੇ ਆ ਗਿਆ, ਇਹਦੀ ਦਾਦੀ ਦਾ ਚਿੱਤ ਨਹੀਂ ਲੱਗਦਾ। ਮੈਂ ਕਿਹਾ ਵੀ ਇਹਨੂੰ ਹਾਲੇ 10 ਪੌੜੀਆਂ ਕਰਾਈਆਂ, ਵੀ ਜਪ ਜੀ ਸਾਹਿਬ ਪੂਰਾ ਹੋ ਜਾਂਦੇ ਫਿਰ ਲੈ ਜਾਓ, 10ਵੀਂ ਤੋਂ ਬਾਅਦ ਹੀ ਦੌੜਨਾ। ਜਪ ਜੀ ਪੂਰਾ ਨਹੀਂ ਕੀਤਾ, ਕਹਾਉਂਦੇ ਅਸੀਂ ਸਿੱਖਿਆ, ਇੰਨਾ ਵੀ ਹੌਂਸਲਾ ਨਹੀਂ ਵੀ ਬਾਣੀ ਦਾ ਹੀ ਪੂਰਾ ਕਰ ਲਈਏ, ਇੱਥੇ ਅਸੀਂ ਖੜ੍ਹੇ ਹਾਂ। ਜਿਸ ਹੈ ਪ੍ਰਾਪਤ ਭਾਈ ਹੋ ਜਿਸ ਦੇਵ ਹੈ ਪ੍ਰਭਾਵ, ਇਹ ਆਤਮਕ ਵਸਤੂ ਉਹਨੂੰ ਮਿਲਦੀ ਹੈ ਜਿਹਨੂੰ ਮਹਾਰਾਜ ਕਿਰਪਾ ਕਰਕੇ ਦੇ ਦੇਵੇ, ਨਹੀਂ ਤਾਂ ਫਿਰ ਉਹ ਸ਼ਿਵਜੀ ਪਾਰਵਤੀ ਜਾਂਦੇ ਸੀ, ਪਾਰਵਤੀ ਕਹਿੰਦੀ ਮਹਾਰਾਜ ਦੇਖੋ ਅੰਨਾ ਬੰਦਾ ਜਾਂਦਾ, ਕਿਰਪਾ ਕਰਦੇ ਹੋ, ਠੇਡੇ ਖਾਂਦਾ ਫਿਰਦਾ, ਡੋਰੀ ਫੜੀ ਹੈ ਲੋਕਾਂ ਦੇ ਮੁੰਡੇ ਫੜੀ ਫਿਰਦਾ ਅਤੇ ਮੰਗਦਾ ਫਿਰਦਾ। ਕਹਿੰਦੇ ਪਾਰਵਤੀ ਗੱਲ ਇਹ ਆ, ਇਹ ਸਾਰੀ ਆਪਣੇ ਭਾਗਾਂ ਦੀ ਗੱਲ ਹੀ ਆ। ਕਹਿੰਦੇ ਨਹੀਂ ਮਹਾਰਾਜ ਕਿਰਪਾ ਕਰਦੇ ਤਾਂ ਲੋਕ ਹੀ ਨਾਥ, ਉਹਨੇ ਕੀਤਾ ਮੋਤੀਆਂ ਦੀ ਵਰਖਾ ਕਰਤੀ, ਹੈਂ ਉਹਦੇ ਮਨ 'ਚ ਆਇਆ ਵੀ ਮੈਂ ਤਾਂ ਹਾਂਜੀ ਚਲੇ ਹੈਗਾ ਸਜਾਖ ਆਇਆ, ਵੀ ਅੰਨੇ ਕਿਵੇਂ ਤੁਰਦੇ ਹੋਣਗੇ, ਜਾਣ ਕੇ ਇੰਨਾ ਬਣ ਗਿਆ, ਹੈਂ ਅਤੇ ਉਹ ਲੰਘ ਗਿਆ ਮਾਰਨ। ਹਾਂਜੀ ਕਹਿੰਦਾ ਹੋਰ ਤਾਂ ਗੱਲ ਕੋਈ ਨਹੀਂ, ਪੈਰਾਂ ਚੁੱਭਦੇ ਆ। ਉੱਥੇ ਕਬੀਰ ਨੇ ਕਹਿੰਦਾ ਕਬੀਰ ਮਾਰਗ ਮੋਤੀ ਬੀਥਰਿਆ, ਆਂਹਦਾ ਨਿਕ ਸੋ ਆਏ ਜੋਤ ਬਿਨਾਂ ਜਗਦੀਸ਼ ਦੀ, ਹਾਂਜੀ ਜਗਤ ਲੰਘਿਆ ਜਾਏ। ਅਸੀਂ ਅੱਖਾਂ ਹੁੰਦੀਆਂ ਵੀ ਅੰਨੇ ਹੋ ਕੇ ਤੁਰੇ ਹਾਂ, ਗੁਰੂ ਮਹਾਰਾਜ ਨੇ ਤਾਂ ਮੋਤੀ ਬਹੁਤ ਖਿਲਾਰੇ ਸੀ, ਬਹੁਤ ਦਿੱਤੇ ਸੀ, ਪਰ ਸਾਡੇ ਮਨ ਭਟਕੇ ਫਿਰਦੇ ਆ। ਹੈਂ ਹੁਣ ਆਪਾਂ ਪਾਕਿਸਤਾਨ ਗਏ ਹਾਂ, ਉੱਥੇ ਕੋਈ ਕਬਰ ਨਹੀਂ, ਕੋਈ ਝੰਡਾ ਨਹੀਂ, ਕੋਈ ਕਬਰਾਂ ਦੀ ਪੂਜਾ ਨਹੀਂ, ਅਤੇ ਸਾਡੇ ਸਿੱਖਾਂ ਨੂੰ ਤਾਂ ਹੱਦ ਬੰਨੇ ਟੱਪ ਦਿੱਤੇ। ਜਿਵੇਂ ਬਰਸਾਤੀ ਡੱਡੂ ਹੁੰਦੇ ਨਾ, ਗਡਾਂ ਗਡਾਂ ਕਾਗਜ਼ ਛੱਪੜਦੇ, ਉਹ ਹਾਲ ਬਣਿਆ। ਗੁਰੂ 'ਤੇ ਨਹੀਂ ਭਰੋਸਾ ਰਹਿ ਗਿਆ, ਇਹ ਸਾਡੀ ਹਾਲਤ ਹੋਈ ਹੋ ਇਸ ਵੇਲੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੇ ਤਾਪ। ਇਹ ਹੋਮੇ ਦਾ ਬੁਖਾਰ ਚੜਿਆ ਨਾ, ਇੱਕ ਤਾਂ ਦੂਆ 14 ਪ੍ਰਕਾਰ ਦੇ ਬੁਖਾਰ ਆ, ਉਹ ਤੋਂ ਦਵਾਈ ਨੂੰ ਉਤਰ ਜਾਂਦੇ, ਐਸੀ ਦਵਾਈ ਵੀ ਹੈ, ਖੱਬੀ ਅਕਸ਼ ਪਾਓ ਖੱਬੇ ਪਾਸੇ ਦਾ ਉਤਰੂ, ਸੱਜੀ ਪਾਓ ਸੱਜੇ ਦਾ ਉਤਰੂ, ਐਸੀਆਂ ਦਵਾਈਆਂ ਵੀ ਹੈਗੀਆਂ। ਪਰ ਇਹ ਜਿਹੜਾ ਬੁਖਾਰ ਚੜਿਆ ਹੋਮੇ ਦਾ, ਇਹ ਤਾਂ ਉਤਰੂਗਾ ਜੇ ਨਾਮ ਰੂਪੇ ਔਸ਼ਧੀ ਵਰਤੂਗਾ, ਉਹ ਵਰਤਦਾ ਨਹੀਂ, ਸੇਵਾ ਕਰਦਾ ਨਹੀਂ। ਸਤਿਗੁਰ ਕੀ ਸੇਵਾ ਸੋ ਕਰੇ, ਗੁਰੂ ਦੀ ਸੇਵਾ ਉਹ ਕਰਦਾ ਜਿਸ ਬਿਨਸੈ ਹੋਮੇ ਤਾਪ, ਜਿਹਦੇ ਹੋਮੇ ਦਾ ਬੁਖਾਰ ਲੈ ਜਾਏ ਉਹ ਗੁਰੂ ਮਹਾਰਾਜ ਦੀ ਸੇਵਾ ਕਰਦਾ ਹੈ। ਆਖਰੀ ਬੇਨਤੀ ਹੈ, ਨਾਨਕ ਕੋ ਨਾਨਕ ਗੁਰ ਭੇਟਿਆ ਬਿਨਸੇ ਸਗਲ ਸੰਤਾ, ਨਾਨਕ ਕੋ ਗੁਰ ਭੇਟਿਆ ਬਿਨਸੇ ਸਗਲ ਸੰਤਾ। ਕਹਿੰਦੇ ਜਿਨ੍ਹਾਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਵਰਗਾ ਪੂਰਾ ਗੁਰੂ ਭੇਟਿਆ ਮਿਲ ਗਿਆ, ਉਹਨਾਂ ਦੇ ਸੋਗ ਵੀ ਅਤੇ ਸੰਤਾਪ ਵੀ ਦੂਰ ਹੋ ਜਾਂਦੇ। ਹਰ ਵੇਲੇ ਆਤਮਾ ਤਪਦੀ ਰਹਿਣੀ, ਸੜੀ ਜਾਣੀ, ਕਈ ਆਉਂਦੇ ਜੀ ਮੇਰਾ ਹਿਰਦਾ ਦੁਖੀ ਜਾਂਦਾ ਸੜੀ ਜਾਂਦਾ, ਮੈਂ ਕਿਹਾ ਤੂੰ ਵੀ ਕਿਸੇ ਨੂੰ ਸਾੜਿਆ ਹੀ ਹੋਊਗਾ, ਐਵੇਂ ਤਾਂ ਨਹੀਂ ਹੁੰਦਾ ਕੋਈ ਨੂੰ ਗਲਤ ਹੋਊਗੀ, ਹੈਂਜੀ ਸੋਗ ਪਿਆ ਰਹਿੰਦਾ ਅਤੇ ਜੰਮਣ ਮਰਨ ਦੇ ਚੱਕਰ 'ਚ ਪੈ ਰਹਿੰਦੇ, ਮਾਇਆ ਖੁਸ ਗਈ ਤਾਂ ਸੋਗ,
ਬੱਚੇ ਉਲਟ ਪਾਸੇ ਤੁਰ ਪਏ ਤਾਂ ਸੋ, ਹਾਂਜੀ ਕਿਸੇ ਨੇ ਮਾਇਆ ਖੋਹ ਲਈ ਤਾਂ ਸੋ, ਟੁੱਟਿਆ ਕੋਈ ਸੁੱਟਿਆ ਗਿਆ ਕੋਈ ਨਾ ਕੋਈ ਸੋ ਵਿਆਪ ਰਹਿੰਦਾ ਨਾ। ਪਰ ਜਿਹੜਾ ਇਹਨਾਂ ਤੋਂ ਰਹਿਤ ਹੋ ਜਾਏ ਉਹ ਗਿਆਨਵਾਨ ਹੋ ਗਿਆ। ਹਰਕ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਕਾਹੇ ਵਖਾਉਣ। ਨੌਵੇਂ ਪਾਤਸ਼ਾਹ ਜੀ ਨੇ ਦੋ ਪੰਗਤੀਆਂ 'ਚ ਗਿਆਨਵਾਨ ਦਾ ਪੂਰਾ ਲੱਛਣ ਅਲੰਕਾਰ ਬਣ ਕੇ ਦਿਖਾ ਦਿੱਤਾ। ਪਰ ਹੁਣ ਮੰਨੀ ਮੰਨਣ 'ਤੇ ਗੱਲ ਬਣਨੀ ਨਾ, ਅਮਲ ਕਰਨ 'ਤੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿਚਾਰ ਆਪਾਂ ਸਰਵਣ ਕੀਤੇ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਵਿਚਾਰ ਸਾਡੇ ਹਿਰਦੇ 'ਚ ਨਿਵਾਸ ਕਰਨ, ਤਾਂ ਜੋ ਅਸੀਂ ਜਿਹੜਾ ਗੁਰਮਤਿ ਦੇ ਪੰਥ ਰਾਸੇ ਤੋਂ ਥਿੜਕ ਗਏ ਹਾਂ, ਜੋ ਮਹਾਰਾਜ ਦੀ ਬਾਣੀ ਦੀ ਸੇਧ ਲੈ ਕੇ ਤੁਰਾਂਗੇ, ਸਹੀ ਰਸਤੇ 'ਤੇ ਆ ਜਾਵਾਂਗੇ, ਫਿਰ ਮਕਾਮ ਮਿਲ ਜਾਂਦਾ। ਅਤੇ ਜੇ GT ਰੋਡ ਛੱਡ ਪੱਗ ਡੰਡੀਆਂ ਪਵਾਂਗੇ ਫਿਰ ਧੱਕੇ ਹੀ ਆ, ਫਿਰ ਨਹੀਂ ਰਸਤਾ ਮਿਲਦਾ। ਉਹ ਇੱਕ ਵਾਰੀ ਅਸੀਂ ਗਏ ਪਹਾੜ ਸੀ ਅਤੇ ਬਾਬਾ ਮਹਿੰਦਰ ਸਿੰਘ ਹਰਖੁਆਲ ਨਾਲ ਸੀ। ਉੱਥੇ ਹੁਣ ਉਹ ਜੰਗਲੀ ਜਾਨਵਰਾਂ ਦੀਆਂ ਡੰਡੀਆਂ ਬਣੀਆਂ ਹੁੰਦੀਆਂ, ਸੰਤ ਕਹਿਣ ਆ ਰਹਾ। ਮੈਂ ਕਿਹਾ ਬਾਬਾ ਜੀ ਅਸਲੀ ਰਸਤਾ ਤਾਂ ਗਾਂ ਹੈਗਾ। ਕਹਿੰਦੇ ਨਹੀਂ, ਕਈ ਵਾਰੀ ਗਾਏ ਹਾਂ। ਮੈਂ ਕਿਹਾ ਬਾਬਾ ਜੀ ਹੈ ਸਹੀ, ਇਹ ਪਹਾੜਾਂ ਜੰਗਲਾਂ 'ਚ ਨਹੀਂ ਪਤਾ ਲੱਗਦਾ। ਪਰ ਹੁਣ ਉਹ ਮਹਾਂਪੁਰਖ ਹੀ, ਮੈਂ ਕਿਹਾ ਚਲੋ ਜਿਵੇਂ ਤੁਹਾਡਾ ਹੁਕਮ, ਜਿਲ੍ਹੇ ਜਾਈਏ ਮੋਹਰੇ ਪਹਾੜ ਆ ਜਾ। ਫਿਰ ਪਿੱਛੇ ਮੁੜੇ 10-15 ਜਗ੍ਹਾ, ਫਿਰ ਓੜਕ ਉੱਥੋਂ ਹੀ ਜਾਣਾ ਪਿਆ। ਇਸ ਤਰ੍ਹਾਂ ਜਦੋਂ ਵਿਖੜੇ ਪੈਂਡੇ ਵਿਖੜੇ ਰਾਹ ਪੈ ਜਾਈਏ ਨਾ, ਮਜਲਬ ਨਹੀਂ ਮੁੱਕਦੀ, ਮਕਾਮ ਨਹੀਂ ਮਿਲਦਾ, ਪਰੇਸ਼ਾਨੀ ਦੇ ਸਿਵਾ ਕੁਛ ਨਹੀਂ ਮਿਲਦਾ। ਅੱਜ ਸਾਡੇ ਜਿਹੜੇ ਸਿੱਖ ਆ, ਇਹਨੇ ਗੁਰਮਤਿ ਗਾਡੀ ਰਾਹ ਛੱਡ ਦਿੱਤਾ, ਆਪਣੀ ਹੋਮੇ ਨੂੰ ਪਏ ਆ। ਜਿਵੇਂ ਉਹ ਜਹੇਦਾਰ ਦਾ ਫੋਨ ਆ, ਕਹਿੰਦੇ ਬਾਬੇ ਹੁਣ ਕੌਮ ਦਾ ਕਿਵੇਂ ਆ? ਮੈਂ ਕੌਮ ਦੀ ਤਾਂ ਇਹ ਹਾਲਤ ਆ, ਥੂਹੇ ਜਾਂਦੇ ਸੀ। ਕਹਿੰਦੇ ਤੁਹਾਡਾ ਜਹੇਦਾਰ ਕਿਹੜਾ? ਕਹਿੰਦੇ ਪੂਛੀਆਂ ਤਾਂ ਲਾ ਕੇ ਦੇਖ ਲਓ, ਜਿਹਦੇ ਲਾਉਣ ਉਹ ਡੰਗ ਮਾਰੇ। ਕਹਿੰਦੇ ਸਾਰੇ ਜਹੇਦਾਰ ਹੀ ਆ, ਸਾਰੇ ਚੌਧਰੀ ਆ, ਦਾਸ ਬਣ ਲਈ ਕੋਈ ਤਿਆਰ ਨਹੀਂ। ਇਹ ਮੁੱਖ ਸੇਵਾਦਾਰ, ਇਹ 12ਵਾਂ, ਇਹ 14ਵਾਂ ਇੱਥੇ ਖੜ ਗਏ ਅਤੇ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ। ਮੁਖੀ ਤਾਂ ਤੁਸੀਂ ਬਣ ਗਏ, ਫਿਰ ਕੀ ਹੋਇਆ? ਤੀਰ ਹੁੰਦਾ ਨਾ ਉਹ ਲੋਹੇ ਦਾ, ਉਹਨੂੰ ਮੁਖੀ ਕਹਿੰਦੇ ਆ। ਉਹਦੇ ਪਿੱਛੇ ਕਾਨੀ ਹੁੰਦੀ ਹੈ, ਜੇ ਕਾਨੀ ਨਾ ਹੋਵੇ ਤਾਂ ਮੁਖੀ ਕਮਾਂਡ 'ਤੇ ਚੜ੍ਹਦੀ ਨਹੀਂ ਨਾ ਚੱਲਦੀ ਹੈ। ਕਾਨੀ ਹੈ ਨਹੀਂ, ਇਕੱਲੀ ਮੁਖੀ ਹੈ। ਇਹ ਚੀਜ਼ਾਂ ਸਾਨੂੰ ਮਾਰ ਖਾ ਦੇ ਰਹੀਆਂ। ਚੌਧਰ ਦੀ ਜਿਹੜੀ ਭੁੱਖ, ਆਪੋ ਆਪਣਾ ਠਾ ਠਾ ਬਾਗਾ ਜਲ ਜਲੋ ਬਣਾਉਣਾ, ਸਾਡੇ ਮਗਰ ਇੰਨੀ ਦੁਨੀਆ, ਇੰਨੀ ਪਬਲਿਕ ਆ, ਇਹ ਰਹਿ ਗਿਆ। ਅਤੇ ਜਿਹੜਾ ਅਸੀਂ ਸੱਚਾਈ ਉਤੋਂ ਕਰੋੜਾਂ ਕੋ ਪਰੇ ਜਾਂਦੇ ਹਾਂ, ਜਿਹਦੇ ਕਾਰਨ ਜਿਹੜੀ ਦੁਰਦਸ਼ਾ, ਮੇਰੇ ਕਹਿਣ ਦੀ ਬਹੁਤੀ ਗੱਲ ਨਹੀਂ, ਆਪਣੇ ਸਾਹਮਣੇ ਜਿੱਥੇ ਅਸੀਂ ਖੜ੍ਹ ਗਏ, ਜੋ ਇਸ ਵੇਲੇ ਸਾਡਾ ਹਾਲ ਹਵਾਲ ਹੋਇਆ ਆ, ਜਿਹਦੇ ਅਸੀਂ ਤੁਰੇ ਪਏ ਹਾਂ। ਪਰ ਜਿੰਨਾ ਚਿਰ ਅਸੀਂ ਇਸ ਤੁਰੇ ਨਾਲ ਨਹੀਂ ਜੁੜਦੇ ਔਰ ਗੁਰੂ ਮਹਾਰਾਜ ਦੇ ਸਿਧਾਂਤਾਂ ਨੂੰ ਅਪਣਾਉਂਦੇ ਨਹੀਂ, ਇਹ ਦੁਰਦਸ਼ਾ ਐਵੇਂ ਹੁੰਦੀ ਰਹਿਣੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਅਰਦਾਸ ਕਰੀਏ ਕਿ ਪਾਤਸ਼ਾਹ ਕਿਰਪਾ ਕਰੋ। ਅੱਗੇ ਲੜਾਈ ਹੁੰਦੀ ਸੀ ਭੁੱਖਿਆਂ ਦੀ, ਹੁਣ ਰੱਜਿਆਂ ਦੀ ਲੜਾਈ ਹੈ। ਜਿੱਥੇ ਬੜਬੜੀਆਂ ਜ਼ਮੀਨਾਂ ਜਾਇਦਾਦਾਂ, ਉਹ ਦੋਏ ਧਿਰਾਂ ਕਿਵੇਂ ਫਸੀਆਂ ਅਤੇ ਪੁਲਿਸ ਠਾਣੇ ਠਾਣੇ ਅਦਾਲਤਾਂ 'ਚ ਘੁੰਮ ਰਿਹਾ ਹੈ। ਕੀੜੀਆਂ ਇੱਕ ਉੱਡ 'ਚ ਕਿੰਨਾ ਗੁਜ਼ਾਰਾ ਕਰ ਲੈਂਦੇ ਹਾਂ, ਪਰ ਬੰਦੇ ਦਾ ਨਹੀਂ ਹੋ ਰਿਹਾ। ਭੇਡ ਇੱਕ ਜਾਂਦੀ ਮਗਰ ਆ,
ਗਾਂ ਇੱਕ ਜਾਂਦੀ ਮਗਰ, ਸ਼ਹਿਦ ਦੀ ਮੱਖੀ ਇੱਕ ਜਾਂਦੀ ਮਗਰ ਜਾਂਦੇ ਹਾਂ। ਪਰ ਬੰਦਾ ਹਰੇਕ ਨੇ ਆਪੋ ਆਪਣਾ ਰਾਹ ਬਣਾ ਲਿਆ। ਗੁਰੂ ਮਹਾਰਾਜ ਨੇ ਸਾਰੀਆਂ ਚੀਜ਼ਾਂ ਨੂੰ ਦੂਰ ਕਰਕੇ ਅਤੇ ਇੱਕ ਗੁਰਮਤਿ ਗਾਡੀ ਰਾਹ ਦਿੱਤਾ ਸੀ, ਉਹ ਸੀ ਗੁਰਮੁਖ ਨਾਮ ਦਾ ਨਿਸ਼ਾਨ। ਜੇ ਗੁਰਮੁਖ ਬਣਨਾ, ਤੜਕੇ ਉੱਠਣਾ, ਕਰਮ ਕਿਰਿਆ ਕਰਨੀ, ਇਸ਼ਨਾਨ ਕਰਨਾ, ਫਿਰ ਨਾਮ ਜਪਣਾ, ਫਿਰ ਕਿਰਤ ਚੋਂ ਧਰਮ ਕਾਰਜਾਂ ਲਈ ਕੋ ਖਰਚ ਕਰਨਾ ਲੋੜਵੰਦਾਂ ਨੂੰ। ਤਿੰਨ ਸੂਤਰ ਦਿੱਤੇ ਸੀ ਨਾ, ਉਹ ਸਾਰੇ ਭੁੱਲ ਗਿਆ। ਅਤੇ ਤਿੰਨੇ ਸੂਤਰ ਅਰਦਾਸ 'ਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਜਿੱਥੇ ਨਾਮ ਆਊਗਾ ਉੱਥੇ ਚੜ੍ਹਦੀ ਕਲਾ ਹੋਊ। ਚੜ੍ਹਦੀ ਕਲਾ ਮਤਲਬ ਬ੍ਰਹਮ ਗਿਆਨੀ ਹੋਊਗਾ। ਜਿਹੜਾ ਬ੍ਰਹਮ ਗਿਆਨੀ ਉਹ ਸਰਬੱਤ ਦਾ ਭਲਾ ਮੰਗੂਗਾ, ਅਗਿਆਨੀ ਕਿੱਥੋਂ ਮੰਗਲੂਗਾ। ਪੜ੍ਹੀ ਤਾਂ ਜਾਂਦੇ ਹਾਂ, ਉਹਨਾਂ ਨੁਕਤਿਆਂ ਦੇ ਵਿਚਾਰ ਵੀ ਕੀਤੀ ਹੈ, ਫਿਰ ਕਹਿ ਕੀ ਰਹਿ ਗਿਆ। ਅਤੇ ਭਾਈ ਮਨੀ ਸਿੰਘ ਸਾਹਿਬ ਨੇ ਇਹ ਅਰਦਾਸ ਤਿਆਰ ਕੀਤੀ ਹੈ। ਗੁਰੂ ਮਹਾਰਾਜ ਤਾਂ ਇੰਨੀ ਸੀ ਨਾ, ਤੇਗ ਬਹਾਦਰ ਸਿਮਰਿਆ ਕਾਰਨ ਉਹਨਾਂ ਦੇ ਅਵਤ ਆਏ, ਬਾਕੀ ਸਾਰਾ ਭਾਈ ਮਨੀ ਸਿੰਘ ਦੀ ਦੇਣਿਆਂ ਨਾ, ਉਹਨਾਂ ਦੀ ਕਿਰਪਾ। ਸਾਰਾ ਸਿੱਖ ਇਤਿਹਾਸ ਹਾਂਜੀ, ਸਾਰੀ ਗੁਰਮਤ ਅਰਦਾਸ ਦੇ ਵਿੱਚ ਉਹਨੇ ਫਿੱਟ ਕਰਤੀ। ਐਡੇ ਸੂਝ ਬਣ ਸਕੇ, ਪਰ ਹੁਣ ਅਸੀਂ ਅਰਦਾਸਾਂ ਵੀ ਆਪੋ ਆਪਣੇ ਬਣਾਈ ਜਾਂਦੇ ਹਾਂ। ਜਿਹੜੀ ਹੋਰ ਅਰਦਾਸ ਸੀ ਨਾ, ਉਹ ਆਪਾਂ ਨੂੰ ਮਾਫਕ ਨਹੀਂ ਆ ਰਹੀ ਆਪਣੇ ਢੰਗ ਨਾਲ, ਫਿਰ ਜਿਹੜੀ ਉਹ ਬਣਾ ਕੇ ਦੇ ਗਏ ਸੀ ਅਤੇ ਗੁਰੂ ਮਹਾਰਾਜ ਦੀ ਹਾਜ਼ਰੀ 'ਚ ਬਣਾਈ ਅਤੇ ਮਹਾਰਾਜ ਨੇ ਪ੍ਰਵਾਨਗੀ ਦੀ ਮੋਹਰ ਲਾਈ, ਤਾਂ ਹੀ ਉਹ ਅਰਦਾਸ ਪੰਥ ਚੱਲੀ। ਅਤੇ ਹੁਣ ਇਹਦੇ ਅੱਖਰ ਵੀ ਅਸੀਂ ਆਪਣੇ ਢੰਗ ਨਾਲ ਬਦਲੀ ਜਾਂਦੇ ਹਾਂ, ਕਿਉਂਕਿ ਸਾਡੇ ਮਨ ਬਦਲ ਗਏ, ਸ਼ਰਧਾ 'ਚ ਫਰਕ ਪੈ ਗਿਆ, ਪ੍ਰੇਮ 'ਚ ਫਰਕ ਪੈ ਗਿਆ, ਭਗਤੀ 'ਚ ਫਰਕ ਪੈ ਗਿਆ, ਸਾਡੇ ਗਿਆਨ ਧਿਆਨ 'ਚ ਫਰਕ ਪੈ ਗਿਆ। ਅਤੇ ਜੇ ਤਾਂ ਗੁਰੂ ਮਹਾਰਾਜ ਨੂੰ ਹਾਂਜੀ ਅਸਲੀਅਤ ਮੰਨ ਕੇ ਤੁਰਾਂਗੇ ਤਾਂ ਮਹਾਰਾਜ ਹਰ ਵੇਲੇ ਹਾਜ਼ਰ ਹੈ, ਹਰ ਵੇਲੇ। ਆਪਾਂ ਪਰਸੋਂ ਗ੍ਰੰਥ ਪੜ੍ਹਦੇ ਸੀ ਅਤੇ ਇੱਕ ਸਿੰਘ ਸੀ, ਬੀਬੀ ਅਤੇ ਬੱਚਾ ਸੀ, ਉਹ ਜਾ ਰਿਹਾ ਉਦੋਂ ਪਾਕਿਸਤਾਨੀ ਸੁਣਿਆ ਅਤੇ ਟਾਂਗੇ ਵਾਲਾ ਪਠਾਣ ਮਿਲਿਆ ਅਤੇ ਕਹਿੰਦੇ ਭਾਈ ਜਾਣਾ, ਕਹਿੰਦੇ ਜਾਣਾ ਤਾਂ ਹੈ। ਅਤੇ ਬੀਬੀ ਕਹਿੰਦੀ ਵੀ ਛੱਕ ਕੇ ਆਏ, ਸਹੀ ਬੰਦਾ ਨਹੀਂ ਲੱਗਦਾ। ਸਿੰਘ ਕਹਿੰਦਾ ਮੈਨੂੰ ਵੀ ਛੱਕ ਆ। ਉਹ ਕਹਿੰਦੇ ਵੀ ਕੀ ਗੱਲ, ਕਹਿੰਦੇ ਭਾਈ ਸਾਨੂੰ ਤੇਰੇ 'ਤੇ ਕੋਈ ਵਿਸ਼ਵਾਸ ਨਹੀਂ। ਕਹਿੰਦੇ ਤੁਹਾਡਾ ਹੈ ਕਿਤੇ ਵਿਸ਼ਵਾਸ, ਕਹਿੰਦੇ ਸਾਡਾ ਤਾਂ ਹੈਗਾ ਕਿੱਥੇ, ਕਹਿੰਦੇ ਕਹਿੰਦੇ ਦਸਮ ਪਾਤਸ਼ਾਹ ਦੇ, ਕਹਿੰਦੇ ਚਲੋ ਫਿਰ ਉਹਨਾਂ ਦੀ ਸੌਂ ਅਤੇ ਮੈਂ ਸਹੀ ਥਾਂ ਪਹੁੰਚਾਊਂਗਾ। ਉਹ ਮਹਾਰਾਜ ਦੇ ਕਰਕੇ ਤੁਰ ਪਏ, ਅੱਗੇ ਚਲੇ ਗਏ, ਜੰਗਲ ਆ ਗਿਆ, ਮਨ ਬੇਈਮਨ ਹੋ ਗਿਆ। ਉਹ ਤਲਵਾਰ ਨਾਲ ਸਿੰਘ ਦਾ ਸੀਸ ਭੇਟ ਕਰਤਾ। ਬੀਬੀ ਦੇਖਦੀ, ਕਹਿੰਦੀ ਹੁਣ ਤੇਰਾ ਕੌਣ ਆ, ਕਹਿੰਦੀ ਜਿਹਦੀ ਕਸਮ ਖੜਾ ਕੇ ਤੋਰਿਆ ਸੀ ਉਹ ਹੈਗਾ। ਕਹਿੰਦੀ ਕਿੱਥੇ ਆ, ਕਹਿੰਦੇ ਨਾਲ ਹੀ ਆ ਗੁਰਮੇਰੇ ਸੰਗ ਸਦਾ ਨਾਲ, ਪਰ ਵਿਸ਼ਵਾਸ ਸੀ। ਹੁਣ ਕਿੰਨੇ ਘੱਲੂ ਕਾਰੇ ਹੋਏ ਆ, ਕੀ ਕੁਛ ਹੋਇਆ, ਕੋਈ ਆਇਆ ਰੱਖਿਆ ਲਈ, ਜੇ ਤਾਂ ਹੁੰਦੀ ਭਾਵਨਾ ਉਹ ਬੀਬੀ ਵਾਲੀ, ਫਿਰ ਤਾਂ ਕੋਈ ਨੂੰ ਆ ਜਾਂਦਾ ਸਿੰਘ ਵਾਲੀ। ਮਹਾਰਾਜ ਆ ਗਏ ਨੀਲੇ 'ਤੇ, ਪਠਾਣ ਦਾ ਸਿਰ ਨਾਲ ਹੀ ਉੜਾ ਤਾ। ਇਹ ਕਹਿਣ ਲੱਗੇ ਬੀਬਾ ਦੱਸ ਹੁਣ, ਕਹਿੰਦੇ ਮਹਾਰਾਜ ਤੁਹਾਡੀ ਕਸਮ 'ਤੇ ਵਿਸ਼ਵਾਸ ਕਰਕੇ ਤੁਰੇ ਸੀ, ਹੁਣ ਉਹ ਸਿੰਘ ਪਿਆ। ਮਹਾਰਾਜ ਨੇ ਕਿਰਪਾ ਕੀਤੀ, ਉਹਨੂੰ ਵੀ ਸੁਰਜੀਤ ਕਰਤਾ। ਮੇਰੇ ਤੋਂ ਕੋ ਜੀਵਾਲਣ ਹਾਰ, ਭੁੱਖ ਹੈ ਕੋ ਦੇਵਤਾ ਆਧਾਰ,
ਮੇਰੇ ਤੋਂ ਕੋਈ ਪਾਇਓ ਤੁਹਾਨੂੰ ਸਾਧ ਸਾਧ ਦੇ ਸ਼ਰਤਾਨ ਮਿਲਾਇਆ। ਇਹ ਤਾਂ ਹੈ ਜਿਨ੍ਹਾਂ ਦਾ ਭਰੋਸਾ ਜਾਂ ਕਿ ਇਹਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਅਤੇ ਸਮਾਨ ਪ੍ਰਗਟ। ਪਰ ਸਾਡਾ ਭਰੋਸਾ ਹਿੱਲ ਗਿਆ, ਪਹਿਲਾਂ ਤਾਂ ਸਾਡੇ ਚੌਧਰੀਆਂ ਦਾ ਹਿੱਲਿਆ, ਅਤੇ ਜੇ ਚੌਧਰੀਆਂ ਦਾ ਹਿੱਲਿਆ ਜਿਹੜੇ ਮਗਰ ਤੁਰਨ ਵਾਲੇ ਆ ਉਹਨਾਂ ਦਾ ਕੀ ਰਹਿਣਾ। ਇਸ ਕਰਕੇ ਇਹ ਸਾਡੀ ਕੌਮ ਇਸ ਵੇਲੇ ਡਾਵਾਂ ਡੋਲ ਆ, ਰਾਜਨੀਤਿਕ ਤੌਰ ਲੈ ਲਓ, ਸਮਾਜਿਕ ਲੈ ਲਓ, ਵਿਵਹਾਰਕ ਲੈ ਲਓ, ਧਾਰਮਿਕ, ਇਹਨਾਂ ਨੂੰ ਕੋਈ ਰਸਤਾ ਦਿਖਾਲਣ ਵਾਲਾ ਨਜ਼ਰ ਨਹੀਂ ਆ ਰਿਹਾ। ਅਤੇ ਜਿਹੜਾ ਹੈਗਾ ਉਹਦੇ 'ਤੇ ਸਾਡਾ ਭਰੋਸਾ ਨਹੀਂ ਰਿਹਾ। ਮਹਾਰਾਜ ਤਾਂ ਹੈਗੇ ਆ, ਮਹਾਰਾਜ ਤਾਂ ਅਗਵਾਈ ਕਰਦੇ ਆ। ਅੱਜ ਵੀ ਤੁਸੀਂ ਭਰੋਸਾ ਧਾਰ ਲਓ ਕਿ ਮਹਾਰਾਜ ਦਾ ਕਿਰਪਾ ਕਰ ਜਾਂਦੇ ਆ। ਸੋ ਇਸ ਕਰਕੇ ਕਥਾ ਵਾਰਤਾ ਸੁਣਨ ਦਾ ਪ੍ਰਯੋਜਨ ਇਹ ਹੈ ਕਿ ਗੁਰੂ 'ਤੇ ਭਰੋਸਾ ਕਰ ਲਈਏ। ਭਰੋਸਾ ਕਰਕੇ ਫਿਰ ਕੋਈ ਵੀ ਕਾਰਜ ਕਰੋ ਅਤੇ ਮਹਾਰਾਜ ਉਹਦੇ 'ਚ ਕਿਰਪਾ ਕਰ ਦਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।